ਸਤਿ ਸ਼੍ਰੀ ਅਕਾਲ ਮਿੱਤਰੋ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਅਤੇ ਜੀਆਂ ਨੂੰ ਕਹਿਣਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਸ਼ੋਅ ਪੀ ਟੀ ਸੀ ਸ਼ੋਅ ਕੇਸ ਦੇ ਵਿੱਚ। ਅਤੇ ਦੋਸਤੋ, ਅੱਜ ਦੇ ਸ਼ੋਅ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਦੀ ਫਿਲਮ ਦੀ ਚਰਚਾ ਖਾਸ ਤੌਰ 'ਤੇ ਯੂਟਿਊਬ 'ਤੇ ਬਹੁਤ ਜ਼ਿਆਦਾ ਹੋ ਰੱਖੀ ਹੈ ਅਤੇ ਉਦੋਂ ਦੀ ਚਰਚਾ ਹੋ ਰਹੀ ਹੈ ਜਦੋਂ ਇਹ ਫਿਲਮ ਸ਼ੁਰੂ ਹੋਈ ਸੀਗੀ, ਮਤਲਬ ਪਹਿਲੀ ਕਲੈਬ ਵੱਜੀ ਹੋਣੀ ਹੈ ਅਤੇ ਉਦੋਂ ਦੀ ਚਰਚਾ ਹੋ ਰਹੀ ਹੈ ਕਿਉਂਕਿ ਇਹਦਾ ਨਾਮ ਹੀ ਬਹੁਤ ਕੈਚੀ ਹੈ। ਤਾਂ ਫਿਰ ਗੱਲ ਇੱਦਾਂ ਕਰਦੇ ਹਾਂ, ਨਾਮ ਦੀ ਵੀ ਆਪਾਂ ਗੱਲ ਕਰਾਂਗੇ ਅਤੇ ਪੁੱਛਾਂਗੇ ਇਸ ਨਾਮ ਦਾ ਮਤਲਬ ਵੀ ਕੀ ਹੈ ਖੁਦ ਟੀਮ ਦੀ ਜਿਹੜੀ ਫਿਲਮ ਦੀ ਸਟਾਰ ਕਾਸਟ ਹੈ ਉਹਨਾਂ ਤੋਂ। ਵੈਲਕਮ ਭਾਅ ਜੀ ਟੂ ਦਾ ਸ਼ੋਅ ਪੀ ਟੀ ਸੀ ਸ਼ੋਅ ਕੇ। ਸਤਿ ਸ਼੍ਰੀ ਅਕਾਲ ਬਾਈ। ਸੋ ਜਿੱਦਾਂ ਕਿ ਹੁਣ ਮੈਂ ਗੱਲ ਕਰ ਰਿਹਾ ਸੀਗਾ, ਇਹ ਸੱਚਾਈ ਹੈ, ਜਦੋਂ ਸ਼ੂਟ ਸ਼ੁਰੂ ਹੋਇਆ ਤਾਂ ਉਹ ਪਹਿਲੀ ਜਿਹੜੀ ਫੋਟੋ ਸੀਗੀ ਬੰਬੂ ਘਾਟ ਦੀ ਟੀਮ ਦੀ, ਤਾਂ ਉਦੋਂ ਹੀ ਚਰਚਾ ਛਿੜ ਗਈ ਸੀ ਯਾਰ ਬੰਬੂ ਘਾਟ ਇਹ ਕਿੱਥੋਂ ਨਵਾਂ ਸ਼ਬਦ ਕੱਢ ਕੇ ਸਾਹਮਣੇ ਲਿਆਤਾ। ਹਾਲਾਂਕਿ ਪਹਿਲੇ ਲੋਕ ਤਾਂ ਜਾਣਦੇ ਹੋਣੇ ਆ, ਪਰ ਨਵੀਂ ਜਨਰੇਸ਼ਨ ਲਈ ਬੜਾ ਨਿਊ ਵਰਡ ਹੈ। ਮੈਨੂੰ ਭਾਅ ਜੀ ਇਹ ਸਭ ਤੋਂ ਪਹਿਲਾਂ ਦਾ ਮਤਲਬ ਕੀ ਹੈ ਬੰਬੂ ਘਾਟ ਦਾ? ਬੰਬੂ ਘਾਟ ਦਾ ਮਤਲਬ ਹੈ ਜੀ ਇੱਕ ਵਾਹਨ, ਦੋ ਪਹੀਆ ਵਾਹਨ ਤੋਂ ਹੈ ਜੀ, ਜਿਹਨੂੰ ਮੋਟਰਸਾਈਕਲ ਕਿਹਾ ਜਾਂਦਾ ਜੀ। ਅਤੇ ਪੁਰਾਣਾ ਵਰਡ ਹੈ, ਜਦੋਂ ਆਪਾਂ ਤਾਂ ਸੁਣਦੇ ਰਹੇ ਹਾਂ ਜੀ ਬੰਬੂ ਘਾਟ, ਆਮ ਹੀ ਕਹਿੰਦੇ ਰਹਿੰਦੇ ਸੀਗੇ ਪਿੰਡਾਂ ਦੇ ਵਿੱਚ, ਆਪਾਂ ਸੁਣਿਆ ਹੋਣਾ, ਸਾਰਿਆਂ ਨੇ ਵਰਡ ਸੁਣਿਆ ਤਾਂ ਹੋਣਾ ਜੀ, ਪਰ ਨਵੀਂ ਜਨਰੇਸ਼ਨ ਵਾਸਤੇ ਨਵਾਂ ਵਰਡ ਹੈ ਜੀ ਇਹ ਬੰਬੂ ਘਾਟ ਦਾ ਮਤਲਬ ਮੋਟਰਸਾਈਕਲ ਹੈ ਜੀ। ਐਵੇਂ ਭਾਅ ਜੀ ਮੁਬਾਰਕਾਂ, ਬੈਕ ਟੂ ਬੈਕ ਤੁਹਾਡੀਆਂ ਫਿਲਮਾਂ ਆਉਂਦੀਆਂ ਜਾ ਰਹੀਆਂ, ਲੋਕ ਖਾਸ ਤੌਰ 'ਤੇ ਤੁਹਾਨੂੰ ਸਕਰੀਨ 'ਤੇ ਪਸੰਦ ਕਰ ਰਹੇ ਨੇ। ਮੇਰੇ ਖਿਆਲ 'ਚ ਇਹੀ ਬਹੁਤ ਵੱਡਾ, ਮੈਨੂੰ ਭਾਅ ਜੀ ਨੂੰ ਪਤਾ, ਚੈਲੰਜ ਹੁੰਦਾ ਕਿ ਫਿਲਮਾਂ ਔਫਰਸ ਬਹੁਤ ਆਉਂਦੇ ਨੇ ਪਰ ਐਕਸੈਪਟੈਂਸ ਆਡੀਅੰਸ ਦੀ ਮਿਲਣੀ ਉਹ ਬਹੁਤ ਮੁਸ਼ਕਿਲ ਹੁੰਦੀ ਹੈ। ਸੋ ਲੱਕੀਲੀ ਤੁਹਾਡੇ ਲਈ ਮੇਰੇ ਖਿਆਲ ਸ਼ੁਰੂਆਤ ਤੋਂ ਹੀ ਲੋਕਾਂ ਨੇ ਬਿਹਾਰ। ਵਾਹਿਗੁਰੂ ਦੀ, ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਫੈਨਸ ਦਾ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ। ਅਤੇ ਬਾਕੀ ਇਹ ਜਿਹੜੇ ਅੱਗੇ ਬੈਕ ਟੂ ਬੈਕ ਫਿਲਮਾਂ ਆਉਣ ਨਾਲ, ਚਲੋ ਆਉਂਦੀਆਂ ਤਾਂ ਕਾਫੀ ਨੇ, ਉਹ ਚੱਲਦੀਆਂ ਕੋਈ ਕੋਈ ਨੇ, ਮੇਰੇ ਹਿੱਸੇ ਖੈਰ ਦੋਨੇ ਹੀ ਠੀਕ ਪਈਆਂ ਫਿਲਮਾਂ, ਵਧੀਆ ਰਹਿ ਗਿਆ ਦੋਨੇ ਕੰਮ, ਅਤੇ ਅੰਗਰੇਜ਼ 'ਚ ਵੀ ਅਤੇ ਅਰਦਾਸ 'ਚ ਵੀ ਅਤੇ ਬੰਬੂ ਘਾਟ 'ਚ ਵੀ। ਤੁਸੀਂ ਟ੍ਰੇਲਰ ਵੇਖਿਆ ਅਤੇ ਮੇਰੇ ਖਿਆਲ ਫਿਲਮ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇਹ। ਅਤੇ ਟੱਚਵੁੱਡ, ਮੇਰੀ ਖਰੇ ਕਿਸਮਤ ਚੰਗੀ ਸੀ ਜਾਂ ਉਹ ਸਟੈਪ ਚੰਗੇ ਲੈ ਹੋ ਗਏ, ਅਤੇ ਜਾਂ ਜਿੱਦਾਂ ਭਾਅ ਜੀ ਨੇ ਬਹੁਤ ਐਕਸਪੀਰੀਅੰਸ, ਇਹਨਾਂ ਤੋਂ ਪੁੱਛਦੇ ਰਹਿੰਦੇ ਹਾਂ ਜਦੋਂ ਇਹ ਗਾਈਡ ਕਰਦੇ ਤਾਂ ਜ਼ਿਆਦਾ ਵਧੀਆ ਲੱਗਦਾ। ਸੋ ਤਾਂ ਕਰਕੇ ਆਈ ਹੋਪ ਤੁਹਾਨੂੰ ਇਹ ਫਿਲਮ ਵੀ ਚੰਗੀ ਲੱਗੂਗੀ, ਵਧੀਆ ਲੱਗੂ। ਕਿਆ ਬੰਬੂ ਘਾਟ ਦੀ ਮਤਲਬ ਸਟੋਰੀ ਜਿਹੜਾ ਤੁਸੀਂ ਸੁਣੀ ਹੈ ਕਿ ਨਹੀਂ, ਇੱਕ ਕੈਚੀ ਪੁਆਇੰਟ, ਨਾਮ ਤਾਂ ਸੀਗਾ ਹੀ ਸੀਗਾ, ਸਟੋਰੀ ਵੀ ਤੁਹਾਨੂੰ ਕਿਹੜੀ ਖਾਸ ਲੱਗੀ ਵੀ ਜਿਹੜੀ ਤੁਹਾਨੂੰ ਲੱਗਿਆ ਕਿ ਯਾਰ ਹਾਂ ਮੇਰੀ ਤੀਜੀ ਫਿਲਮ ਬੰਬੂ ਘਾਟ ਹੋਣੀ ਚਾਹੀਦੀ ਆ? ਇਹ 'ਚ ਕੁਛ ਨਾ ਕੁਛ ਡਿਫਰੈਂਟ ਸੀਗਾ ਕਰਨ ਨੂੰ, ਹੈਗੀ ਵੀ ਇੱਕ ਪੀਰੀਅਡ ਫਿਲਮ ਸੀਗੀ ਅਤੇ ਇਹਦੇ ਵਿੱਚ ਕਲਚਰ ਵੀ ਵਿਖਾਇਆ ਗਿਆ, ਇਹਦੇ ਵਿੱਚ ਐਕਚੁਲੀ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਲਿਰਿਕਲੀ ਵੀ ਅਤੇ ਜਾਂ ਫਿਲਮਾਂ ਦੇ ਵਿੱਚ ਵੀ ਕਦੇ ਸਾਡੂਆਂ ਦਾ ਆਪਸ ਰੌਲਾ ਵਿਖਾਇਆ ਨਹੀਂ ਸੀਗਾ, ਅਤੇ ਉਹ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ। ਫੈਮਿਲੀ ਵੀ ਆ, ਆਹ ਬੰਬੂ ਘਾਟ ਵਾਲਾ ਰੌਲਾ ਤਾਂ ਵਿੱਚ ਹੋਊਗਾ, ਅੱਧੇ ਘੰਟੇ ਦਾ ਹੋਊਗਾ, ਅਤੇ ਬਾਕੀ ਫੈਮਿਲੀ ਨਾਲ ਰਿਲੇਟਡ ਸਾਰੀ ਫਿਲਮਾਂ ਤੁਸੀਂ ਵੇਖੋ। ਵਿਨੂ ਭਾਅ ਜੀ, ਮੈਂ ਇੱਥੇ ਜਿੰਨੀਆਂ ਇੰਟਰਵਿਊਜ਼ ਕੀਤੀਆਂ ਮੇਰੇ ਨਾਲ, ਉਹ ਤੋਂ ਵੱਧ ਮਤਲਬ ਜ਼ਿਆਦਾਤਰ ਇੰਟਰਵਿਊ ਤੁਸੀਂ ਨਾਲ ਹੁੰਦੇ ਹੋ ਇਹ ਸ਼ੋਅ ਦੇ ਵਿੱਚ, ਜਾਂ ਫਿਰ ਕੋਈ ਵੀ ਸ਼ੋਅ ਚੱਲਦਾ ਹੋਵੇ, ਇੰਟਰਵਿਊ ਵਾਲਾ ਹੋਵੇ ਜਾਂ ਪ੍ਰਮੋਸ਼ਨਲ ਸ਼ੋਅ ਹੋਵੇ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਸਾਰੇ ਜਣੇ ਕਿ ਪੰਜਾਬੀ ਇੰਡਸਟਰੀ ਤੁਹਾਡੇ ਤੋਂ ਬਿਨਾਂ ਅਧੂਰੀ ਹੈ। ਨਹੀਂ ਨਹੀਂ ਵੀਰੇ, ਵਾਹਿਗੁਰੂ ਦਾ ਸ਼ੁਕਰ ਹੈ ਜੀ, ਥੋੜ੍ਹਾ ਥੋੜ੍ਹਾ ਕੰਮ ਕਰੀ ਜਾਂਦੇ, ਜਿਹੜਾ ਸਾਡੇ ਹਿੱਸੇ ਹੈ ਨਾਲ ਕਰੀ ਜਾਂਦੇ ਜੀ ਵੀਰੇ। ਸੋ ਬੰਬੂ ਘਾਟ ਦੀ ਜਿਹੜੀ ਸਟੋਰੀ ਹੈ, ਤੁਹਾਨੂੰ ਕਿੱਦਾਂ ਅਪੀਲ ਕੀਤੀ ਕਿ ਨਹੀਂ, ਨਾਲੇ ਤੁਹਾਡੀ ਲੁੱਕ ਵੀ ਇਹਦੇ ਵਿੱਚ ਡਿਫਰੈਂਟ ਹੈ, ਤੁਸੀਂ ਪੱਗ ਬੰਨ੍ਹ ਕੇ ਆ ਰਹੇ ਹੋ ਜੀ ਵੀਰੇ? ਐਕਚੁਲੀ ਸਾਡੇ ਡਾਇਰੈਕਟਰ ਨੇ ਜੀ ਪੰਕਜ ਬੱਤਰਾ, ਉਹਨਾਂ ਨੇ ਲੁੱਕ 'ਤੇ ਸਾਰਿਆਂ ਨੇ ਕੰਮ ਕੀਤਾ, ਜਿਵੇਂ ਐਵੇਂ ਛੋਟਾ ਵੀਰ ਆ ਮੇਰਾ ਜੀ, ਸਾਰਿਆਂ ਨੇ ਸੋਚਿਆ ਅਤੇ ਕੋ ਪੀਰੀਅਡ ਫਿਲਮ ਹੈਗੀ ਹੈ ਜੀ, ਅੰਗਰੇਜ਼ਾਂ ਦਾ ਦੌਰ ਸੀਗਾ ਜੀ 1947 ਤੋਂ ਪਹਿਲਾਂ ਜੀ, ਤਾਂ ਉਦੋਂ ਉਹਨਾਂ ਦੀ ਰਿਆਸਤਾਂ ਦੇ ਵਿੱਚ ਜਿਹੜੇ ਮੈਂ ਐਜ਼ ਆ ਸਟੇਸ਼ਨ ਮਾਸਟਰ ਸੀਗਾ ਜੀ, ਤਾਂ ਇੱਕ ਸਰਦਾਰ ਬੰਦਾ ਉਦੋਂ ਕਿਹੋ ਜਿਹਾ ਸਟੇਸ਼ਨ ਮਾਸਟਰ ਹੋਊਗਾ ਅਤੇ ਕਿੱਦਾਂ ਦਾ ਹੈਗਾ, ਥੋੜ੍ਹਾ ਜਿਹਾ ਪ੍ਰਾਊਡ ਹੀ ਫੀਲ ਕਰਦਾ ਜੀ। ਅਤੇ ਦੋ ਸਾਡੂਆਂ ਦੀ ਸਟੋਰੀ ਆ ਸਾਡੀ, ਜਿਵੇਂ ਦੱਸਿਆ ਜੀ, ਬੜਾ ਵਧੀਆ ਲੱਗਿਆ ਜਦੋਂ ਸੁਣਾਇਆ ਕੰਸੈਪਟ ਜੀ, ਉਹਨਾਂ ਨੇ ਜਸ ਗਰੇਵਾਲ ਹੋਣਾ ਦਾ ਲਿਖੀ ਹੋਈ ਫਿਲਮ ਹੈ ਜੀ, ਅਤੇ ਉਹਦੀ ਬਾਕੀ ਵੱਡੀ ਗੱਲ ਹੁੰਦੀ ਹੈ ਛਾਪ ਕਿਸੇ ਦੀ, ਜਿਵੇਂ ਉਹਨਾਂ ਨੇ ਪਹਿਲੀ ਬਣਾਈ ਸੀ ਜੱਟ ਜੇਮਸ ਬੌਂਡ, ਉਹਦੀ ਫਿਲਮ ਸੀਗੀ, ਤਾਂ ਬਾ ਕਮਾਲ, ਮੈਨੂੰ ਬਹੁਤ ਵਧੀਆ ਮੂਵੀ ਲੱਗਦੀ ਹੈ। ਵੀਰ ਇੱਕ ਸਾਡੇ ਹਿਸਾਬ ਦਾ ਲਿਖਦਾ ਬਹੁਤ ਸੋਹਣਾ ਜੀ ਜਸ, ਸੱਚੀ ਗੱਲ ਆ, ਮੈਂ ਮੁਰੀਦ ਹਾਂ ਉਸਦੀ ਲੇਖਣੀ ਦਾ, ਕਿਉਂਕਿ ਉਹ ਟਿਪੀਕਲ ਵਰਡਸ ਅਤੇ ਜਿਹੜੀ ਪੁਰਾਣਾ ਪਿਛੋਕੜ ਜਿਵੇਂ ਤੁਸੀਂ ਦੇਖੋ, ਤਾਂ ਉੱਦਾਂ ਦੀ ਉਹਦੀ ਝਲਕ ਆਉਂਦੀ ਆ ਉਸ ਫਿਲਮ ਦੇ ਵਿੱਚੋਂ, ਵੀ ਝਲਕ ਆਊਗੀ ਤੁਹਾਨੂੰ ਬਕਾਇਦਾ, ਹੈ ਨਾ, ਉਸ ਪੀਰੀਅਡ ਜਿਹੜਾ ਦਰਸਾਇਆ ਗਿਆ ਇਸ ਫਿਲਮ ਦੇ ਵਿੱਚ। ਅਤੇ ਬਹੁਤ ਵਧੀਆ ਲੱਗੀ ਸਟੋਰੀ, ਮੇਰੇ ਬਹੁਤ ਦਿਲ ਦੇ ਕਰੀਬ ਹੈ ਫਿਲਮ ਜੀ, ਬੜੀ ਮਿਹਨਤ ਕੀਤੀ ਹੈ ਸਾਰਿਆਂ ਨੇ, ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਬਹੁਤ ਵਧੀਆ ਲੱਗਦੀ ਹੈ, ਨਾਲੇ ਇੱਕ ਡਿਫਰੈਂਟ ਚੀਜ਼ ਖਾਸ ਤੌਰ 'ਤੇ ਆਡੀਅੰਸ ਜਿਹੜੀ ਹੈਗੀ ਆ ਉਹ ਆਹੀ ਭਾਲਦੀ ਹੈ ਕਿ ਇੱਕ ਡਿਫਰੈਂਟ ਚੀਜ਼ ਘੱਟੋ ਘੱਟ ਸਾਨੂੰ ਹਰ ਵਾਰ ਨਜ਼ਰ ਆਵੇ, ਕਿਉਂਕਿ ਹੁਣ ਦਾਇਰਾ ਬਹੁਤ ਵੱਧ ਚੁੱਕਿਆ ਪੰਜਾਬੀ ਫਿਲਮਾਂ ਦਾ। ਭਾਅ ਜੀ ਤੁਸੀਂ ਜ਼ਿਕਰ ਕੀਤਾ ਕਿ ਉਹ ਪੀਰੀਅਡ ਫਿਲਮ ਹੈਗੀ ਹੈ ਕਿ ਨਹੀਂ, ਵੀ ਜਸ ਬਾਈ ਨੇ ਲਿਖਿਆ ਹੈਗਾ ਬਹੁਤ ਵਧੀਆ ਇੱਦਾਂ, ਪਰ ਕਿਤੇ ਟ੍ਰੈਂਡ ਤਾਂ ਨਹੀਂ ਸ਼ੁਰੂ ਹੋ ਰਿਹਾ ਵੀ ਲਵ ਪੰਜਾਬ ਆਈ, ਅੰਗਰੇਜ਼ ਆਈ, ਅਰਦਾਸ ਦਾ ਵੀ ਕਿਤੇ ਹਲਕਾ ਜਿਹਾ ਟੱਚ ਦਿੱਤਾ? ਐਕਚੁਲੀ ਟ੍ਰੈਂਡ ਵੀ ਲਾ ਲਓ ਤੁਸੀਂ, ਕਈ ਫਿਲਮਾਂ ਟ੍ਰੈਂਡ ਸੈਟਰ ਹੁੰਦੀਆਂ ਨੇ, ਹੈ ਨਾ, ਜਿਵੇਂ ਤੁਸੀਂ ਟ੍ਰੈਂਡ ਹੌਲੀ ਹੌਲੀ ਚੇਂਜ ਹੁੰਦੇ ਨੇ, ਜਦੋਂ ਪਿੱਛੇ ਪਹਿਲਾਂ ਮਜ਼ਾਹੀਆ ਕਿਸਮ ਦੀਆਂ ਫਿਲਮਾਂ ਚੱਲੀਆਂ ਤਾਂ ਸਾਰਿਆਂ ਨੇ ਮਜ਼ਾਹੀਆ ਬਣਾਉਣੀਆਂ ਸ਼ੁਰੂ ਕਰਤੀਆਂ, ਹੈ ਨਾ,
ਜਿਹੜੀ ਫਿਲਮ ਹੈ ਆਪਦੇ ਆਪ ਵਿੱਚ ਇੱਕ ਮੇਰੇ ਖਿਆਲ 'ਚ ਮਾਈਲ ਸਟੋਨ ਸਾਬਤ ਹੋਊਗੀ, ਇੱਦਾਂ ਦੀ ਫਿਲਮ ਟੈਕਨੀਕਲੀ ਇੰਨੀ ਸਟਰੋਂਗ ਅਤੇ ਇੱਦਾਂ ਦੀ ਸਟੋਰੀ ਦੇ ਉੱਤੇ ਵਰਕ, ਇਕੱਲੀ ਇਕੱਲੀ ਚੀਜ਼ ਦਾ ਧਿਆਨ, ਬਾਕੀ ਤੁਸੀਂ ਆਰਟ ਡਾਇਰੈਕਟਰ ਸਾਡੇ ਰਾਸ਼ਿਦ ਜੀ ਨੇ ਉਹਨਾਂ ਨੇ ਬਕਾਇਦਾ ਕਮਾਲ ਕੀਤੀ ਪਈ ਆ। ਔਰ ਤੁਸੀਂ, ਮੈਂ ਇਹਨੂੰ ਜੇ ਤੁਸੀਂ ਆਪਦੇ ਹਿਸਾਬ ਨਾਲ ਦੇਖਾਂ ਤਾਂ ਮੈਂ ਆਪਦੇ ਹਿਸਾਬ ਨਾਲ ਇਹਨੂੰ ਪਿੰਜਰ ਦੇ ਨੇੜੇ ਤੇੜੇ ਦੀ ਫਿਲਮ ਕਹਿ ਸਕਦਾ। ਪਿੰਜਰ ਫਿਲਮ ਆਈ ਸੀ ਨਾ ਹਿੰਦੀ ਦੀ, ਤਾਂ ਉਹ ਰਿਅਲਿਸਟਿਕ, ਹਾਂ ਰਿਅਲਿਸਟਿਕ ਸਿਨੇਮੇ ਦੇ ਨੇੜੇ ਤੇੜੇ ਦੀ ਗੱਲ ਸੀਗੀ। ਬੜਾ ਵਧੀਆ, ਰਾਤਾਂ ਦੇ ਸੀਨ ਫਿਲਮਾਉਣੇ ਨਹੀਂ ਸਾਡੇ, ਰਾਤਾਂ ਦੇ ਸੀਨ ਆਮ ਤੌਰ 'ਤੇ ਪੰਜਾਬੀ ਸਿਨੇਮਾ ਅਫੋਰਡ ਨਹੀਂ ਕਰਦਾ ਕਿਉਂਕਿ ਬਹੁਤ ਕੋਸਟ ਆ ਜਾਂਦੀ ਉਸ ਚੀਜ਼ ਦੀ, ਲਾਈਟਿੰਗ ਲੂਟਿੰਗ 'ਤੇ, ਹੈ ਨਾ, ਸਾਰੀ ਰਾਤ ਰਾਤ ਨੂੰ ਜਿਹੜੇ ਜਿੰਨੇ ਟੈਕਨੀਸ਼ੀਅਨਸ ਨੇ ਜਾਂ ਹੋਰ ਜਿਹੜੇ ਜਿੰਨੇ ਵੀ ਸਪੋਟ ਬੋਇਜ਼ ਨੇ, ਸਾਰਿਆਂ ਦੇ ਖਰਚੇ ਡਬਲ ਹੋ ਜਾਂਦੇ ਨੇ ਜੀ। ਤਾਂ ਸਾਡਾ ਰਾਤ ਦਾ ਬਹੁਤ ਜ਼ਿਆਦਾ ਇਹਦੇ 'ਚ ਹੈਗਾ ਜੀ। ਜਿੰਨੀ ਵੀ ਫਿਲਮ ਫਿਲਮਾਈ ਹੈ, ਟੈਕਸਚਰ ਬਹੁਤ ਸੋਹਣਾ, ਸਟੋਰੀ ਤਾਂ ਬਾ ਕਮਾਲ ਹੈ ਹੀ ਹੈ ਜੀ। ਸਾਨੂੰ ਉਹੀ ਹੈ ਜੀ ਵੀ ਸਾਰਾ ਸਾਨੂੰ ਤਾਂ ਬਹੁਤ ਵਧੀਆ ਲੱਗ ਰਹੀ ਹੈ ਜੀ, ਆਪਦੇ ਵੱਲੋਂ ਬੜੇ ਕੌਨਫੀਡੈਂਟ ਹਾਂ। ਤਾਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਜੀ ਵੀ ਸਾਰਿਆਂ ਨੂੰ ਪਸੰਦ ਆਊਗੀ ਜੀ। ਬਿਲਕੁਲ, ਅਸੀਂ ਸਾਰੇ ਦੁਆ ਕਰਦੇ ਹਾਂ ਅਤੇ ਖਾਸ ਤੌਰ 'ਤੇ ਪੰਜਾਬੀ ਸਿਨੇਮਾ ਦੀ ਚੜ੍ਹਦੀ ਕਲਾ ਰਹੇ, ਇਹਦੀ ਰਹਿੰਦੀ ਹੈ ਕਿ ਸਾਰੇ ਜਣੇ ਚੰਗੀਆਂ ਫਿਲਮਾਂ ਲੈ ਕੇ ਆਉਣ ਸਾਹਮਣੇ। ਐਵੇਂ ਭਾਅ ਜੀ, ਅਤੇ ਫਿਲਮਾਂ ਵਿੱਚ ਕੰਮ ਕਰਨਾ, ਪਹਿਲਾਂ ਗਾਣਿਆਂ ਵਿੱਚ ਐਕਟਿੰਗ ਕਰਨੀ, ਉਹ ਵੱਖਰਾ ਇੱਕ ਨਜ਼ਾਰਾ ਹੁੰਦਾ ਕਿ ਨਹੀਂ, ਪਰ ਫਿਲਮਾਂ ਦੇ ਵਿੱਚ ਕੰਮ ਕਰਨ, ਕਦੇ ਸੋਚਿਆ ਸੀਗਾ, ਖਿਆਲ ਸੀਗਾ ਬੈਕ ਆਫ ਦਾ ਮਾਇੰਡ ਕਿ ਯਾਰ ਵੀ ਆਹ ਐਕਟਰ ਵਰਗਾ ਬਣਨਾ ਯਾਰ? ਹੁਣ ਮੈਨੂੰ ਰਾਈਟ ਵੇ ਜਿਹੜੇ ਹੁਣ ਐਟ ਪ੍ਰੈਜੈਂਟ ਮੈਨੂੰ ਨਵਾਜ਼ੁਦੀਨ ਸਦੀਕੀ ਹਿੰਦੀ ਫਿਲਮਾਂ ਦੇ ਵਿੱਚ ਮੈਂ ਉਹਨੂੰ ਬਹੁਤ ਵਧੀਆ ਲੱਗਦਾ, ਬਿਕੋਜ਼ ਰੀਅਲ, ਜਿੰਨਾ ਰੀਅਲ ਹੁੰਦਾ ਬੰਦਾ ਉਨਾ ਜ਼ਿਆਦਾ ਵਧੀਆ ਲੱਗੂਗਾ। ਹੁਣ ਆਹ ਪਿੱਛੇ ਫੋਟੋ ਹੈ ਇਹ 'ਚ ਰੀਅਲ ਲੱਗਦਾ, ਜੇ ਇੱਥੇ ਮੈਂ ਤਾਂ ਪੁੱਛਵੀਂ ਪੱਗ ਬੰਨ ਕੇ ਬਹਿਣ ਦਾ ਤਾਂ ਕਿੱਦਾਂ ਦੀ ਵਰਦੀ ਪਾ ਕੇ ਰੀਅਲ ਨਹੀਂ ਲੱਗਣਾ। ਸੋ ਤਾਂ ਕਰਕੇ ਜਿੰਨਾ ਰੀਅਲ ਮੈਨੂੰ ਜ਼ਿਆਦਾ ਵਧੀਆ ਲੱਗਦਾ। ਅਤੇ ਬਾਕੀ ਉਹ ਗਾਣਿਆਂ ਦੇ, ਗਾਣਿਆਂ ਤੋਂ ਪਹਿਲਾਂ ਗਾਣੇ ਕਰਦੇ ਹੁੰਦੇ ਸੀ, ਹੁਣ ਫਿਲਮਾਂ ਦੇ ਵਿੱਚ ਗਾਣੇ ਕਰ ਲੈਂਦੇ ਹਾਂ, ਉਹ ਕੀੜਾ ਗਾਣਾ ਤਾਂ ਨਿਕਲ ਹੀ ਜਾਂਦਾ ਸਾਰੇ ਪਾਸੇ। ਉਹ ਤਾਂ ਗੱਲ ਸੀ, ਬਟ ਫਿਰ ਵੀ ਮਤਲਬ ਐਕਟਿੰਗ ਵਾਲਾ ਜਿਹੜਾ ਹੈਗਾ ਇੱਕ ਨਜ਼ਾਰਾ, ਸਵਾਦ ਹੈ, ਇੱਕ ਮਾਹੌਲ ਹੈ। ਮਤਲਬ ਹੁਣ ਵੀਨੂ ਭਾਈ ਨੂੰ ਜੇ ਮੈਂ ਕਹੂੰਗਾ ਸਿੰਗਿੰਗ ਵੱਲ ਜੇ ਤੁਸੀਂ ਜਾਣਾ ਚਾਹੋ ਤਾਂ ਤੁਹਾਨੂੰ ਕਿਹੋ ਜਿਹਾ ਲੱਗੂਗਾ? ਤਾਂ ਇਹ ਹੈ ਵੀ ਤੁਸੀਂ ਐਕਟਿੰਗ ਵੱਲ ਆਏ, ਤੁਹਾਨੂੰ ਕਿੰਨਾ ਡਿਫਰੈਂਸ ਅਤੇ ਲੁਤਫ ਕਿਹਦੇ ਵਿੱਚ ਜ਼ਿਆਦਾ ਆ ਰਿਹਾ? ਨਹੀਂ, ਇਹ ਤਾਂ ਫਿਲਮਾਂ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੋਨੇ ਚੀਜ਼ਾਂ ਹੋ ਜਾਂਦੀਆਂ ਨੇ, ਬੰਦਾ ਆਪਣੀ ਗਾਇਕੀ ਵੀ ਦਿਖਾ ਸਕਦਾ ਇਹ 'ਚ, ਮੇਰੇ 3-4 ਗਾਣੇ ਵੀ ਹੈਗੇ ਨੇ। ਬਾਕੀ ਦੇਖੋ ਜਦੋਂ ਬੰਦਾ, ਚਲੋ ਫੋਰ ਐਗਜ਼ਾਮਪਲ, ਬੰਦਾ ਪੁਲਿਸ 'ਚ ਭਰਤੀ ਹੁੰਦਾ, ਪਹਿਲਾਂ ਸਿਪਾਹੀ ਹੁੰਦਾ, ਸਿਪਾਹੀ ਤੋਂ ਬਾਅਦ 'ਚ ਅੱਗੇ ਬੰਦਾ ਹੌਲਦਾਰ ਲਾਦਾ, ਫਿਰ ASI ਅੱਗੇ ਇੰਸਪੈਕਟਰ SHO, ਰੈਂਕ ਵੱਧਦੇ ਰਹਿੰਦੇ ਨੇ। ਹੁਣ ਪਹਿਲਾਂ ਸਿੰਗਲ ਟਰੈਕ ਕੀਤਾ, ਫਿਰ ਐਲਬਮ ਕੀਤੀ, ਫਿਰ ਅਗਲੀ ਐਲਬਮ ਆ ਗਈ, ਫਿਰ ਉਸ ਤੋਂ ਬਾਅਦ 'ਚ ਫਿਲਮ ਦੇ ਵਿੱਚ ਸੈਕਿੰਡ ਲੀਡ ਕੀਤਾ, ਫਿਰ ਉਸ ਤੋਂ ਬਾਅਦ ਫਸਟ ਲੀਡ, ਅਤੇ ਇੱਦਾਂ ਇੱਦਾਂ ਦਾ ਪ੍ਰਮੋਸ਼ਨ ਤਾਂ ਹੁਣ ਅੱਗੇ ਕਰਨੀ ਹੈ, ਫਿਰ ਉਸ ਤੋਂ ਗਾਂ ਬਾਲੀਵੁੱਡ ਆ ਜੂਗਾ, ਬਾਲੀਵੁੱਡ ਤੋਂ ਗਾਂ ਮਾੜੀ ਮੋਟੀ ਅੰਗਰੇਜ਼ੀ ਸਿੱਖ ਕੇ ਬਾਲੀਵੁੱਡ ਜਾ। ਸੋ ਤਾਂ ਕਰਕੇ ਪ੍ਰਮੋਸ਼ਨ ਤਾਂ ਜ਼ਰੂਰੀ ਹਰ ਇੱਕ ਪਾਸੇ। ਨਹੀਂ, ਬਿਲਕੁਲ ਚੰਗੀ ਗੱਲ, ਤੁਸੀਂ ਆਹ ਸਟੈਪ ਅਪ ਦੱਸਦੇ ਜਾ ਰਹੇ ਹੋ, ਬਾਲੀਵੁੱਡ ਫਿਰ ਹਾਲੀਵੁੱਡ, ਹੈ ਕਹਿੰਦੇ ਵੀ ਹੌਲੀ ਹੌਲੀ ਬੰਬੂ ਘਾਟ ਜਿਹੜਾ ਖਿੱਚਣਾ ਆਪਾਂ ਅੱਗੇ ਅੱਗੇ ਨਾ, ਰੱਬ ਸੁੱਖ ਰੱਖੇ, ਤੇਲ ਤੇਲ ਬੜਾ ਬਾਬਾ ਭਰ ਕੇ ਰੱਖੇ ਜੀ, ਹੈ ਨਾ? ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਅਤੇ ਹੁਣ ਬੰਬੂ ਘਾਟ ਦੀ ਗੱਲ ਆਪਾਂ ਕਰੀਏ ਕਿ ਬਾਬਾ ਜੀ ਕਹਿੰਦੇ ਕਿ ਤੇਲ ਭਰ ਕੇ ਰੱਖੇ ਬਾਬਾ, ਇਹਦੇ ਵਿੱਚ ਵੀ ਨਾਲੇ ਕੈਨੀ ਉੱਤੇ ਰੱਖੀ ਹੋਈ ਹੈ ਇਹਦੇ ਜਿਹੜਾ ਪੋਸਟਰ ਵਿੱਚ ਹੈ, ਐਵੇਂ ਬਾਈ ਇਹ ਕਿਹਨੇ ਡਿਜ਼ਾਈਨ ਕੀਤਾ ਯਾਰ? ਮਤਲਬ ਬਹੁਤ ਵੱਖਰੀ ਜੀ ਇੱਕ, ਮੇਰੇ ਖਿਆਲ 'ਚ ਹਿੰਮਤ ਰੱਖੀ ਆ ਕਿਸੇ ਨੇ ਇਹ ਸੋਚ ਲਿਆਉਣ ਦੀ ਸਾਹਮਣੇ। ਇਹ ਚੀਜ਼ ਵਾਇਰਲ ਬਹੁਤ ਹੋਈ ਹੈ, ਜਦੋਂ ਇਹਦੀ ਮੈਂ ਫੋਟੋ, ਮੈਂ ਕੱਲ੍ਹ ਵੀ ਇੱਕ ਵੀ ਮੈਂ ਸਨੈਪਚੈਟ 'ਤੇ ਫੋਟੋ ਖਿੱਚ ਕੇ ਪਾਈ ਅਤੇ ਸਭ ਤੋਂ ਵੱਧ ਸਕਰੀਨਸ਼ੋਟ ਹੋਏ ਸਨੈਪਚੈਟ ਤੋਂ ਵੀ ਇਹਦੇ। ਤੋ ਇਹ ਆਪਣਾ ਖਰੜ ਤੋਂ ਨੇ, ਪਹਿਲਾਂ ਅਮੀਕ ਭਾਅ ਜੀ ਦਾ ਆਈਡੀਆ ਸੀਗਾ, ਉਹਨਾਂ ਨੇ, ਉਹਨਾਂ ਦੇ ਅੱਗੇ ਰਿਲੇਸ਼ਨ ਦੇ ਵਿੱਚ ਨੇ ਖਰੜ ਤੋਂ ਨੇ, ਭਾਅ ਜੀ ਰੰਧਾਵਾ ਸਾਹਿਬ ਉਹਨਾਂ ਨੇ ਬਣਾਇਆ, ਬਹੁਤ ਮਿਹਨਤ ਲਾ ਕੇ ਬਣਾਇਆ, ਅਤੇ ਭਾਅ ਜੀ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਜੀ ਮੈਂ। ਕਿਆ ਬਾਤ ਹੈ, ਅਮੀਕ ਭਾਅ ਜੀ ਦਾ ਨਾਮ ਲਿਆ, ਅਮੀਕ ਭਾਈ ਹੁਣੀ ਸਾਡੇ ਪ੍ਰੋਡਿਊਸਰ ਹੈ। ਹਾਂਜੀ ਹਾਂਜੀ, ਅੱਛਾ ਜੀ ਜੀ, ਮਤਲਬ ਉਹਨਾਂ ਨੇ ਡਿਜ਼ਾਈਨ ਵੀ ਸਾਰਾ ਉਹਨਾਂ ਨੇ ਕੀਤਾ? ਹਾਂ, ਉਹਨਾਂ ਨੇ ਪਹਿਲਾਂ ਸਕੈਚ ਕੀਤਾ ਸੀ ਅਤੇ ਉਸ ਤੋਂ ਬਾਅਦ 'ਚ ਸਕੈਚ ਦੇ ਭਾਅ ਜੀ ਉਹਨਾਂ ਨੇ ਅੱਗੇ ਜਿਹੜੇ ਜਿਹਨਾਂ ਨੇ ਬਣਾਇਆ ਭਾਅ ਜੀ ਮੇਕਰਸ ਨੇ ਜਿਹੜੇ ਇਹਦੇ, ਅਤੇ ਉਹਨਾਂ ਨੇ ਫਿਰ ਅੱਗੇ ਇਹਨੂੰ ਬਣਾਇਆ ਅਤੇ ਫਿਰ ਸਾਨੂੰ ਉਹਨਾਂ ਨੇ ਦਿੱਤਾ ਬਣਾ ਕੇ। ਅਤੇ ਸਾਡੇ ਦੋ ਪ੍ਰੋਡਿਊਸਰ ਨੇ ਕਹਿਣ ਲੱਗੇ, ਮੈਂ ਦੂਜਾ ਪ੍ਰੋਡਿਊਸਰ ਗੁੱਸਾ ਨਾ ਕਰ ਜੇ, ਹੈ ਸਾਡਾ ਛੋਟਾ ਭਰਾ ਜੀ ਅਮਰਿੰਦਰ ਗਿੱਲ, ਸਾਡਾ ਕਾਰਜ ਭਾਅ ਜੀ ਦਾ ਬੋਏ ਤੇ ਅਮਰਿੰਦਰ ਗਿੱਲ ਸਾਡੇ ਪ੍ਰੋਡਿਊਸਰ ਨੇ, ਅੰਗਰੇਜ਼ ਦੇ ਪ੍ਰੋਡਿਊਸਰਸ ਸਾਰੇ ਇਹਦੇ ਵਿੱਚ। ਇਹ ਬੜੀ ਚੰਗੀ ਗੱਲ ਆ, ਉਹਨਾਂ ਨੇ ਮਤਲਬ ਇੱਕ ਤੁਹਾਡੇ ਚੀਜ਼ ਦੇਖੀ ਹੈ ਕਿ ਨਹੀਂ, ਕਿਹਾ ਵੀ ਫਿਲਮ ਵਿੱਚ ਪੈਸਾ ਲਾਉਂਦੇ ਆ, ਸੂਟ ਤੁਸੀਂ ਕਰ ਰਹੇ ਹੋ ਤਾਂ ਅੱਗੇ ਲੈ ਕੇ ਕਿ ਨਹੀਂ, ਇਹ ਵੀ ਜਿਗਰੇ ਵਾਲੀ ਗੱਲ ਹੁੰਦੀ ਹੈ ਮੇਰੇ ਖਿਆਲ ਵਿੱਚ। ਤਾਂ ਪ੍ਰੋਡਿਊਸਰਸ ਨੂੰ ਸਲਾਮ ਹੈ ਜੀ, ਜਿਹੜੇ ਸੋਚ ਰੱਖਦੇ ਹੈਗੇ ਨੇ ਕਿ ਸਟੋਰੀ ਅੱਗੇ ਆਵੇ, ਜਿਹੜੇ ਕਰੈਕਟਰ ਸੂਟ ਕਰਦੇ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ। ਸੋ ਆਲ ਇਨ ਆਲ ਜਿਹੜਾ ਇਹ ਸੀਗਾ, ਕਿਤੋਂ ਮਤਲਬ ਉਹਨਾਂ ਦੇ ਸੀਗਾ ਇਮੈਜੀਨੇਸ਼ਨ, ਤੁਹਾਡੀ ਗੱਲ ਹੋਈ ਹੋਣੀ ਉਹਨਾਂ ਨਾਲ ਵੀ ਜਿਹੜਾ ਬੰਬੂ ਘਾਟ ਬਣਾਇਆ, ਵੀ ਕਿਤੋਂ ਮਾਈਂਡ ਵਿੱਚ ਸੀਗਾ, ਕਿਤੋਂ ਦੇਖਿਆ ਜਾਂਦਾ ਸੀ? ਬਿਕੋਜ਼ ਇਹ ਜੇਲ੍ਹ 'ਚ ਜਿਹੜੀ ਜਿਹੜੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ ਉਹ ਲਾਤੀਆਂ 'ਤੇ। ਅੱਛਾ, ਸਟੋਰੀ ਦੀ ਡਿਮਾਂਡ ਸੀਗੀ, ਇੱਕ ਜੁਗਾੜ ਬਣਾਉਣਾ ਸੀਗਾ ਬੰਦੇ ਨੇ, ਬੰਬੂ ਘਾਟ ਦਾ ਨਾਂ ਸੀਗਾ, ਬੰਬੂ ਘਾਟ ਫਿਰ ਕਿਸ ਤਰ੍ਹਾਂ ਆਜ਼ਾਦ ਕੀਤਾ, ਕਿਸ ਤਰ੍ਹਾਂ ਬਣਾਇਆ ਉਹਨਾਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਚੱਕ ਕੇ, ਟਾਇਰ ਚੱਕ ਲਏ ਕਿਤੋਂ, ਕੁਛ ਚੱਕ ਲਏ ਕਿਤੋਂ, ਚਿਮਟਾ ਚੱਕ ਲਏ, ਤਾਂ ਉਸ ਹਿਸਾਬ ਦਾ ਬਣਾਇਆ ਜੀ, ਉਸ ਹਿਸਾਬ ਨਾਲ ਬਣਾਇਆ। ਸੋ ਦੋਸਤੋ, ਬੰਬੂ ਘਾਟ ਉੱਦਾਂ ਹੱਥ ਕਰਾਊਗੀ ਜੀ ਫਿਲਮ 29
होर ज़्यादा चंगी तरह सामने आती है। स्टोरी जी हैगी तुसी हल्का दस्या भी इदा साणूआ दी मतलब स्टोरी है उन्होंने इर्द गिर्द घूमती हैगी है तो एक कदों की स्टोरी उन्होंने लिखी हुई सी ते किन्ने टाइम दे विच सारी शूट हुई है? टाइम तो इन्हों लग गए जी 45 days लग गए जी शूटिंग जोड़ा शूट पीरियड से जी पर जो उन्होंने कंसीव किया हुआ आइडिया जस गरेवाल उन्होंने सगा जी मेरे ख्याल वो पिछले 2 साल के लगे हुए जी स्टोरी के उत्ते फिर उस तो बाद साढ़े जोड़े डायरैक्टर से जी पंकज बत्रे होनी तो वो बैठे जी नाल तो उस तो बाद जिमें अमीक ओबियसली जिन्हें पैसे लाने होंगे ने बहुत होंगे है ना भी किदा मैंने स्टोरी करी जचनी चाहिए कि है ना तो नाल फिर कार्यवाही होनी तो अमरिंदर गिल होनी इन्हें सारे ने जो सुने आइडिया तो बहुत वधिया लगे जी। क्या बात है ਐਵੇਂ ਕਿੰਨਾ ਕੁ ਸੌਖਾ ਸੀਗਾ ਚਲਾਉਣਾ ਜਾਂ ਬਹੁਤ ਟਫ ਸੀ ਭਾਜੀ ਮਸਲੀਆਂ ਇਕੱਠੀਆਂ ਹੋਈਆਂ ਨੇ ਬਹੁਤ ਬੜਾ ਔਖਾ ਸੀਗਾ ਮੁੜਦਾ ਔਖਾ ਸੀਗਾ ਜੀ ਮੁੜਦਾ ਬਹੁਤ ਔਖਾ ਸੀ ਬਿਕਾਜ਼ ਉਹ ਲੰਬਾ ਬਾਹ ਸੀਗਾ ਸਟੀਅਰਿੰਗ ਇਹਦਾ ਮਰੂਤੀ ਦਾ ਇੰਜਨ ਲਾਇਆ ਤੇ ਅੱਛਾ ਜੀ ਮਰੂਤੀ ਦਾ ਇੰਜਨ ਆ ਗੇਅਰ ਹੱਥ ਨਾਲ ਹੀ ਪੈਂਦੇ ਆ ਜੀ ਉਹ ਦੇਖਿਆ ਗੇਅਰ ਹੱਥ ਨਾਲ ਸਾਈਡ ਤੇ ਲੱਗਿਆ ਹੋਇਆ ਗੇਅਰ ਲੀਵਰ ਇਹ ਹੋਇਆ ਖਰੜੇ ਉੱਥੇ ਕੀਤਾ ਕਿਸੇ ਨੇ ਜਾਂ ਜਿਹੜਾ ਨਹੀਂ ਇੱਥੇ ਬਣਾਇਆ ਜੀ ਇਹ ਬਾਕੀ ਨੂੰ ਲੈ ਕੇ ਅਸੀਂ ਉਧਰ ਜਦੋਂ ਸ਼ੂਟ ਅਸੀਂ ਕੀਤਾ ਸੀਗਾ ਫਿਰੋਜ਼ਪੁਰ ਦੇ ਨੇੜੇ ਤੇੜੇ ਵਾਲੇ ਦੁਆਲੇ ਤੇ ਉੱਥੇ ਫਿਰ ਪਈਆਂ ਤੇ ਚਲਾਉਣਾ ਪਿਆ ਸਾਨੂੰ ਇਹ ਵਾਹ ਜੀ ਵਾਹ ਇਹ ਮਤਲਬ ਦੇਖਣ ਵਾਲੀ ਚੀਜ਼ ਹੋਣੀ ਮੈਂ ਕਹਿੰਦਾ ਫਿਲਮਾਂ ਵਿੱਚ ਹੀਰੋ ਸਟੋਰੀਆਂ ਇਹਨਾਂ ਲਈ ਤਾਂ ਲੋਕੀ ਨੱਠਦੇ ਸੀਗੇ ਪਰ ਪਹਿਲੀ ਵਾਰ ਹੋਣਾ ਕਿ ਬੰਬੂ ਘਾਟ ਦੇਖਣ ਦੇ ਲਈ ਵੀ ਕਾਫੀ ਜਣਿਆਂ ਨੇ ਉੱਥੇ ਆਉਣਾ ਭਾਈ ਦਾ ਵੀ ਬਹੁਤ ਸੀਗਾ ਬਸ ਰੋਕਣਾ ਹੀ ਔਖਾ ਸੀ ਔਰ ਤੇ ਕਿੱਥੇ ਕਿੱਥੇ ਆਪਣਾ ਐਮ ਭਾਈ ਸ਼ੂਟ ਹੋਈ ਹੈ ਫਿਲਮ ਕਿਉਂਕਿ ਪੀਰੀਅਡ ਫਿਲਮ ਹੈਗੀ ਆ ਤਾਂ ਉਹ ਲੋਕੇਸ਼ਨਸ ਲਈ ਮੇਰੇ ਖਿਆਲ ਜਿਹੜੀ ਰੈਕੀ ਕਰਨੀ ਹੁੰਦੀ ਆ ਉਹ ਬਹੁਤ ਸ਼ੂਟ ਹੋਈ ਹੈ ਜੀ ਇਹ ਇੱਕ ਤੇ ਮੱਲਾਂ ਵਾਲਾ ਪਿੰਡ ਸੀਗਾ ਫਿਰੋਜ਼ਪੁਰ ਦੇ ਉਰਲੇ ਪਾਸੇ ਪੈਂਦਾ ਹੈ ਮੱਲਾਂ ਵਾਲਾ ਪਿੰਡ ਉੱਥੇ ਹਵੇਲੀ ਸੀਗੀ ਤੇ ਉੱਥੇ ਸਾਡੇ ਦੋਨਾਂ ਦੇ ਸਹੁਰੇ ਮੱਲਾਂ ਵਾਲੇ ਤੇ ਮੇਰਾ ਪਿੰਡ ਸੀਗਾ ਜੀ ਹਜ਼ਾਰਾ ਓਕੇ ਹਜ਼ਾਰਾ ਪਿੰਡ ਉਹ ਬਾਰਡਰ ਦੇ ਬਿਲਕੁਲ ਨਾਲ ਬਿਲਕੁਲ ਬਾਰਡਰ ਦੇ ਉੱਪਰ ਹੀ ਪਿੰਡ ਆ ਲਾਸਟ ਪਿੰਡ ਆ ਹਜ਼ਾਰੇ ਵਾਲਾ ਮੁੰਡਾ ਤੇ ਉੱਧਰੋਂ ਕੁੜੀ ਕਸੂਰ ਵੱਲੋਂ ਸਰਤਾਜ ਭਾਈ ਦਾ ਗਾਣਾ ਵੀ ਸੀ ਅਤੇ ਉਸ ਤੋਂ ਬਾਅਦ 'ਚ ਭਾਜੀ ਉਹਨਾਂ ਦਾ ਪਿੰਡ ਨਹੀਂ ਸਵਾਰ ਕੇ ਦੱਸਿਆ ਗਿਆ ਨਾ ਭਾਜੀ ਉਹਨਾਂ ਦਾ ਘਰ ਵਿਖਾਇਆ ਗਿਆ ਬਿਕੋਜ਼ ਇਹ ਸਟੇਸ਼ਨ 'ਤੇ ਆਉਂਦੇ ਹੁੰਦੇ ਸੀ ਅੱਛਾ ਸਟੇਸ਼ਨ 'ਤੇ ਸਾਨੂੰ ਸਾਡੇ ਟਾਕਰੇ ਮੋਸਟਲੀ ਸਾਡੇ ਸਹੁਰੇ ਪਰਿਵਾਰ 'ਚ ਹੁੰਦੇ ਹਾਂ ਜਾਂ ਸੜਕਾਂ 'ਤੇ ਹੁੰਦੇ ਜਾਂ ਸਹੁਰੇ ਹੁੰਦੇ ਸਾਡੇ ਐਕਚੁਲੀ ਮੈਂ ਦੱਸਣਾ ਨਹੀਂ ਚਾਹੁੰਦਾ ਸੀਗਾ ਆਪਣਾ ਪਿੰਡ ਅੱਛਾ ਜੀ ਤਾਂ ਕਰਕੇ ਨਹੀਂ ਦੱਸਿਆ ਜੀ ਮੈਂ ਕਾਹਦੇ ਲਈ ਦੱਸਣਾ ਮੈਂ ਇਹ ਕਰ ਸਟੋਰੀ ਉਹ ਇੰਨੀ ਫਾਸਟ ਹੈ ਜੀ ਐਕਚੁਲੀ ਤੁਹਾਨੂੰ ਤੁਸੀਂ ਉੱਥੇ ਤੱਕ ਪਹੁੰਚਦੇ ਨਹੀਂ ਕਿਉਂਕਿ ਉਸ ਘਰ ਦੀ ਸਟੋਰੀ ਹੈ ਮੁੱਦਾ ਸਾਰਾ ਜਿਹੜਾ ਹੈਗਾ ਉਹ ਸਹੁਰੇ ਪਰਿਵਾਰ ਦੇ ਵਿੱਚ ਹੀ ਹੈ ਜ਼ਿਆਦਾ ਜੀ ਓਕੇ ਅਤੇ ਉੱਥੇ ਜਿਹੜਾ ਵੀ ਡਿਸਪਿਊਟ ਪੈਂਦਾ ਜਾਂ ਜੋ ਕੁਛ ਵੀ ਹੁੰਦਾ ਜੋ ਘਟਨਾ ਵਾਪਰਦੀ ਹੈ ਉਹ ਸਾਡਾ ਸਹੁਰਾ ਪਰਿਵਾਰ ਹੈ ਜੀ ਭਾਜੀ ਤੁਸੀਂ ਇੰਨੇ ਵੱਖ ਵੱਖ ਕਰੈਕਟਰਸ ਕਰਦੇ ਨੇ ਲੁੱਕਸ ਵੀ ਚੇਂਜ ਹੁੰਦੀਆਂ ਨੇ ਕਿ ਨਹੀਂ ਜੀ ਅਤੇ ਇਹ ਜਿਹੜਾ ਕਰੈਕਟਰ ਸੀਗਾ ਮਤਲਬ ਇਹਦੇ 'ਚ ਹਰੇਕ ਵਿੱਚ ਕੈਚੀ ਕੋਈ ਪੁਆਇੰਟ ਹੁੰਦਾ ਕੁਛ ਨਾ ਕੁਛ ਤਾਂ ਵੱਖਰਾ ਹੁੰਦਾ ਹੀ ਕਿ ਨਹੀਂ ਜੀ ਜਾਂ ਫਾਈਟ ਹੁੰਦੀ ਹੈ ਜਾਂ ਮਤਲਬ ਉਹ ਕੀ ਕਹਿੰਦੇ ਤਵੇ ਬਹੁਤ ਲਾਉਂਦਾ ਇਹਦੇ ਵਿੱਚ ਕੈਚੀ ਪੁਆਇੰਟ ਕੀ ਮਿਲੂਗਾ ਆਡੀਅੰਸ ਨੂੰ ਜਿਹੜੇ ਤੁਹਾਡੇ ਪੰਚੇ ਸੁਣਨ ਨੂੰ ਮਿਲਣਗੇ ਜਾਂ ਰੋਬਦਾਰ ਮਿਲੂਗਾ ਐਕਚੁਅਲੀ ਮਜਾਈਆ ਸਿਚੁਏਸ਼ਨਲ ਕਮੇਡੀ ਹੈਗੀ ਹੈ ਜੀ ਅਤੇ ਇੱਕ ਇੱਦਾਂ ਦਾ ਵੀ ਤੁਸੀਂ ਹੁਣ ਮੈਂ ਕੀ ਕਹਾਂ ਜਾਣਦੀ ਫੁਕਰਾ ਇਨਸਾਨ ਓਵਰ ਕੋਨਫੀਡੈਂਟ ਬਿਨਾਂ ਗੱਲ ਤੋਂ ਜਾਣਦੀ ਓਵਰ ਸ਼ੈਡੋ ਕਰਨ ਵਾਲਾ ਗੱਲ ਜਿਹੜੇ ਸਾਰੇ ਲੋਕਾਂ ਨੂੰ ਵੀ ਪਤਾ ਵੀ ਇਹ ਗੱਲ ਕੋਈ ਵਾਜਬ ਤਾਂ ਹੈ ਨਹੀਂ ਜਿਹੜੀ ਇਹ ਕਰ ਰਿਹਾ ਤਾਂ ਉਸ ਗੱਲ 'ਚ ਜਾਣਦੇ ਗਲਤ ਤੁਹਾਨੂੰ ਦੱਸੀ ਜਾਵੇ ਵੀ ਜਿਹੜੇ ਇਹ ਜਦੋਂ ਕੱਪੜੇ ਬਣਦੇ ਨੇ ਸਟੀਲ ਦੇ ਹੁੰਦੇ ਸੀਗੇ ਪਹਿਲਾਂ ਉਹੀ ਤਾਂ ਉਹੀ ਜਿਵੇਂ ਮੈਂ ਹੁਣ ਗੱਲਾਂ ਕਰੀ ਜਾਵਾਂ ਤਾਂ ਉਹ ਸਾਰੇ ਫਿਰ ਵੀ ਸੁਣ ਰਹੇ ਵੀ ਅੱਛਾ ਚਲੋ ਸੁਣਨੇ ਵੀ ਅਫਸਰ ਹੈ ਤਾਂ ਉਹ ਅਫਸਰ ਕਿਵੇਂ ਓਵਰ ਸ਼ੈਡੋ ਕਰਦਾ ਹਰੇਕ ਗੱਲ ਨੂੰ ਆਪਦੇ ਪੁਆਇੰਟ ਆਫ ਵਿਊ ਤੋਂ ਲੈਂਦਾ ਜਾਣਦੀ ਕੁਰਸੀਆਂ ਦੀ ਗੱਲ ਵੀ ਲੈ ਕਹਿੰਦਾ ਜੇ ਕੋਈ ਤੁਹਾਡੇ ਘਰੇ ਕੁਰਸੀ ਨਹੀਂ ਸੀ ਕਹਿੰਦਾ ਫਿਰ ਮੈਂ ਘਰੋਂ ਚੱਕ ਲਿਆਉਂਦਾ ਕਹਿੰਦਾ ਅਫਸਰ ਤਾਂ ਹੁਣ ਕੁਰਸੀ 'ਤੇ ਬੈਠਣਗੇ ਇਹੋ ਜਿਹੇ ਗੱਲਾਂ ਨੇ ਤਾਂ ਉਸ ਚੀਜ਼ ਨੂੰ ਲੋਕ ਇੰਜੋਏ ਕਰਨਗੇ ਐਮ ਭਾਈ ਹੋਰ ਕਿਹੜੇ ਕਿਹੜੇ ਮਤਲਬ ਐਕਟਰਸ ਨਾਲ ਹੈਗੇ ਨੇ ਐਕਟਰਸਿਸ ਜਿਹੜੀਆਂ ਨਵੀਆਂ ਮੇਰੇ ਖਿਆਲ ਚਿਹਰੇ ਦਿਖ ਰਹੇ ਨੇ ਹਾਂ ਸਿੰਮੀ ਦੀ ਡੈਬੀ ਫਿਲਮਾਂ ਉਹਨੇ ਬਹੁਤ ਵਧੀਆ ਕੰਮ ਕੀਤਾ ਤੋ ਬਿੰਨੂ ਭਾਜੀ ਅਸੀਂ ਬਹੁਤ ਸਲਾਉਂਦੇ ਹੁੰਦੇ ਸੀ ਸੈੱਟ 'ਤੇ ਅਸੀਂ ਕਿਉਂਕਿ ਬਿਕੋਜ਼ ਉਹਦੀ ਡੈਬੀ ਫਿਲਮ ਸੀ ਅਤੇ ਉਹਦੇ ਲਈ ਵੀ ਟਫ ਸੀ ਜਿੱਦਾਂ ਮੇਰੇ ਲਈ ਅੰਗਰੇਜ਼ ਦੇ ਵਿੱਚ ਸੀਗਾ ਅਤੇ ਉਹਨੇ ਵੀ ਇਹ ਬਾ ਕਮਾਲ ਕੰਮ ਕੀਤਾ ਬਹੁਤ ਵਧੀਆ ਕੰਮ ਬਹੁਤ ਸਾਰਾ ਅਤੇ ਸ਼ੀਤਲ ਨਾਲ ਸ਼ੀਤਲ ਠਾਕੁਰ ਅਤੇ ਨਾਲ ਸਾਡੇ ਸੋਹੀ ਸਾਹਿਬ ਨੇ ਹੋਬੀ ਭਾਜੀ ਨੇ ਨਿਰਮਲ ਰਿਸ਼ੀ ਮੈਡਮ ਨੇ ਅਤੇ ਅਨੀਤਾ ਦੇਵਗਨ ਜੀ ਅਤੇ ਮਲਕੀਤ ਰਾਣੀ ਸਾਹਿਬ ਰਾਣਾ ਜੰਗ ਬਹਾਦਰ ਸਾਹਿਬ ਉਹਨਾਂ ਦੇ ਵੀ ਹੈ ਅਤੇ ਬਾਕੀ ਹੋਰ ਬਹੁਤ ਬਾਕਮਾਲ ਜਿਹਨਾਂ ਨੇ ਸਪੋਰਟਿੰਗ ਐਕਟਰ ਸਪੋਰਟਿੰਗ ਐਕਟਰ ਸੀ ਸਾਰਿਆਂ ਨੇ ਕੰਮ ਕੀਤਾ ਬਹੁਤ ਹੀ ਬਾਕਮਾਲ ਕੇ ਬਹੁਤ ਸਾਰੇ ਵਧੀਆ ਰਹੇ ਅੱਛਾ ਕਈ ਲੋਕ ਜਿਹੜੇ ਤੁਹਾਡੇ ਫੈਨਸ ਆ ਸਾਨੂੰ ਕਈ ਵਾਰ ਪੁੱਛ ਲੈਣਗੇ ਯਾਰ ਉਹ ਬਾਈ ਕਿੱਦਾਂ ਦਾ ਕਹਿੰਦੇ ਯਾਰ ਬੜੀ ਆਕੜ ਜਿਹੜਾ ਲੱਗਦਾ ਕਈ ਵਾਰ ਤਾਂ ਬਾਈ ਹੈ ਮੈਂ ਸ਼ਾਇਦ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਸਵਾਲ ਕਰਿਆ ਕਿ ਨਹੀਂ ਪਰ ਉਹਨਾਂ ਨੂੰ ਇਹ ਹੈ ਕਿ ਬਾਈ ਦਾ ਸਟਾਈਲ ਹੀ ਇੱਦਾਂ ਦਾ ਅਤੇ ਉਹ ਸਟਾਈਲ ਜੱਚਦਾ ਇਹਨਾਂ ਦੇ ਉੱਤੇ ਕਿਤੇ ਨਾ ਮੈਂ ਥੋੜ੍ਹਾ ਚੇਂਜ ਕਰਦਾ ਮੈਂ ਹੌਲੀ 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 ਨਾ ਉਹ ਜਿਹੜਾ ਸਟਾਈਲ ਆ ਸਟਾਈਲ ਨਹੀਂ ਆਉਂਦੇ ਸੀ ਲੋਕਾਂ ਨੂੰ ਜਿਹੜਾ ਲੱਗਦਾ ਵੀ ਐਟੀਟਿਊਡ ਉਹ ਹੈ ਨਹੀਂ ਗਾ ਉਹ ਕਈ ਵਾਰੀ ਵੈਸੇ ਕਹਿੰਦੇ ਨਾ ਬੰਦੇ ਦੀ ਨੇਚਰ ਜਾਂ ਉਦੋਂ ਦਾ ਮੂੰਹ ਹੀ ਉੱਦਾਂ ਦਾ ਹੁੰਦਾ ਹੁਣ ਕਈ ਨਾ ਆਪਾਂ ਕਿਤੇ ਮਿਲਦੇ ਹਾਂ ਕਿਸੇ ਬੰਦੇ ਨੂੰ ਕਹਿੰਦੇ ਮੂੰਹ ਹੀ ਉੱਦਾਂ ਦਾ ਪਹਿਲਾਂ ਆਪਾਂ ਨੂੰ ਕਈ ਨਹੀਂ ਲੱਗਦਾ ਵੀ ਇਹਦਾ ਬੰਦਾ ਹੀ ਬੜਾ ਅੜਬ ਚਲਾ ਤਾ ਬਾਅਦ 'ਚ ਦੂਜੇ ਦਿਨ ਕਹਿੰਦਾ ਬੰਦਾ ਹੀ ਬਹੁਤ ਵਧੀਆ ਆ ਬਹੁਤ ਵਧੀਆ ਮੈਂ ਉਹੀ ਕਹਿੰਦਾ ਕਿ ਬਹੁਤ ਮਿਲਣਸਾਰ ਇਹ ਬੰਦਾ ਹੀ ਬਹੁਤ ਵਧੀਆ ਜੀ ਵਾਕੇ 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 ਇਹਨਾਂ ਦੀ ਬਹੁਤ ਨਿੱਘਾ ਭਰਾ ਹੈ ਵਾਕੇ ਵਾ ਇਹਨਾਂ ਦੀ ਜਿਹੜੀ ਟੋਨ ਹੈਗੀ ਆ ਤੁਹਾਡੀ ਪਰਸਨੈਲਿਟੀ ਨੂੰ ਪੂਰਾ ਸੂਟ ਕਰਦੀ ਹੈ ਤੁਹਾਡੇ ਉਹੀ ਅੰਦਾਜ਼ ਨੂੰ ਜਿਵੇਂ ਪੌਣੇ ਪੰਜ ਤੁਹਾਡਾ ਗਾਣਾ ਸੀ ਉਹ ਪਸੰਦ ਕਰਦੇ ਤੁਹਾਡੇ ਉਹ ਅੰਦਾਜ਼ ਨੂੰ ਪਸੰਦ ਕਰਦੇ ਸਾਰੇ ਜਣੇ ਅਤੇ ਥੋਤੋਂ ਪੁੱਛਣਾ ਚਾਹੂੰਗਾ ਕਿ ਇਹਨਾਂ ਦੀ ਜਦੋਂ ਐਕਟਿੰਗ ਦੀ ਗੱਲ ਹੁੰਦੀ ਹੈ ਖਾਸ ਤੌਰ 'ਤੇ ਕਿ ਨਹੀਂ ਤਾਂ ਮਤਲਬ ਨਵੇਂ ਨਵੇਂ ਉੱਭਰਦੇ ਅਤੇ ਇੱਕਦਮ ਹੀ ਇਹਨਾਂ
ਜੁੰਡਲੀ ਹੈ ਜੀ, ਕਾਫੀ ਭਰਾ ਕਾਫੀ ਭਰਾ ਇਕੱਠੇ ਨੇ ਜੀ, ਪੰਜ ਸੱਤ ਜਾਣੇ, ਇਕੱਲਾ ਬੰਦਾ ਹੀ ਨਹੀਂ ਉਵੇਂ ਵੀ ਲੱਗਿਆ ਹੋਇਆ ਨਾਅਰੇ ਮਾਰਨ। ਤਾਂ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਲੱਗੀ ਜੀ ਵੀ ਬਾਈ ਹਰੇਕ ਦੀ ਗੱਲ ਸੁਣਦਾ, ਚਾਹੇ ਦੀ ਕੋਈ ਛੋਟਾ ਚਾਹੇ ਦੀ ਵੱਡਾ। ਜਦੋਂ ਇਹ ਆਪਦੇ ਇਹਨਾਂ ਦੇ ਰੂਮ 'ਚ ਆਉਂਦੇ ਸੀ, ਹੈਲਦੀ ਡਿਸਕਸ਼ਨਸ ਹੁੰਦੀਆਂ ਨੇ, ਜਿਵੇਂ ਵੀ ਇੱਕ ਤਾਂ ਹੁੰਦਾ ਨਾ ਆਪਾਂ ਨੂੰ ਫਿਲਮ ਮਿਲ ਗਈ, ਹੁਣ ਚੱਕੀ ਚਲੋ ਫੱਟੇ ਚਲੋ ਜਿੰਮ ਲਾ ਲੈ ਜਾਓ ਲਾ ਲੈ, ਉਹ ਵਾਲਾ ਸਿਸਟਮ ਨਹੀਂ। ਅਗਾਂਹ ਵਾਲੇ ਫਿਊਚਰ ਨੂੰ ਲੈ ਕੇ ਵੀ ਆਪਾਂ ਅਗਾਂਹ ਵਧੂ ਸੋਚਦਾ, ਮੇਰਾ ਭਰਾ ਇਨਸਾਨ ਹੈਗਾ ਜੀ, ਵੀ ਗਾਂਹ ਸਟੈਪ ਗਾਂਹ ਵਾਲਾ ਕਿਵੇਂ ਲੈਣਾ। ਹੁਣ ਗਾਹਾਂ ਜਿਹੜੀਆਂ ਆਪਾਂ ਸਟੋਰੀਜ਼ ਸੁਣੀਆਂ, ਐਂ ਨਹੀਂ ਹੈਗਾ ਵੀ ਜਿਵੇਂ ਪੈਸੇ ਵੱਧ ਦਿੱਤੇ ਵੀ ਆਪਾਂ ਕਰ ਲਈਏ। ਰਾਈਟ, ਉੱਦਾਂ ਮੇਰੇ ਸਾਹਮਣੇ ਬਹੁਤ ਬਾਈ ਨੂੰ ਔਫਰਾਂ ਆਈਆਂ, ਤਾਂ ਉੱਦਾਂ ਵਾਲਾ ਸਿਸਟਮ ਨਹੀਂ ਸੀਗਾ। ਬਾਈ ਕਹਿੰਦਾ ਯਾਰ ਦੇਖ ਕੇ ਕਦਮ ਧਰਨਾ ਯਾਰ, ਇੱਥੇ ਤੱਕ ਵਾਹਿਗੁਰੂ ਨੇ ਪਹੁੰਚਾਇਆ ਤਾਂ ਅੱਗੇ ਵਧੀਆ ਤਰੀਕੇ ਨਾਲ ਗਾਹਾਂ ਵਧੀਏ। ਤਾਂ ਉਹ ਫੋਕਸ ਮੈਨੂੰ ਬੜਾ ਵਧੀਆ ਲੱਗਿਆ, ਨਹੀਂ ਤਾਂ ਕਿਉਂਕਿ ਇੱਕ ਸਮੇਂ ਆ ਕੇ ਤੁਹਾਨੂੰ ਜਦੋਂ ਸ਼ੋਹਰਤ ਮਿਲਦੀ ਹੈ ਤਾਂ ਸਾਹਮਣੇ ਬੜੀ ਔਖੀ ਹੁੰਦੀ ਹੈ, ਪੈਸਾ ਤਾਂ ਸ਼ੋਹਰਤ ਮਿਲ ਤਾਂ ਜਾਂਦੀ ਹੈ, ਸਾਹਮਣਾ ਬੜਾ ਔਖਾ ਹੁੰਦਾ ਜੀ। ਤਾਂ ਪਰ ਵੀਰ ਉਸ ਤਰ੍ਹਾਂ ਦਾ ਨਹੀਂ ਲੱਗਿਆ, ਠਰਮੇ ਵਾਲਾ ਮੇਰਾ ਭਰਾ, ਬੜਾ ਸੋਚ ਕੇ ਫੋਨ ਕੇ ਕਦਮ ਧਰਨ ਵਾਲਾ ਵੀਰ। ਐਮ ਭਾਅ ਜੀ ਕਿੰਨੀ ਕੁ ਰਿਸਪੋਂਸੀਬਿਲਟੀ ਹੁੰਦੀ ਹੈ, ਖਾਸ ਤੌਰ 'ਤੇ ਇੱਕ ਸਿੰਗਰ ਹੁੰਦਾ ਵੱਖਰਾ, ਕਿਉਂ ਉਹ ਐਂਟਰਟੇਨਰ ਹੈ, ਐਂਟਰਟੇਨ ਇਨ ਦਾ ਸੈਂਸ ਕਿ ਨਚਾਉਣਾ, ਆਪਾਂ ਨੇ ਇੱਕ ਮਾਹੌਲ ਵੱਖਰੇ 'ਚ ਲੈ ਕੇ ਜਾਣਾ, ਬਟ ਐਜ਼ ਐਨ ਐਕਟਰ ਕਿੰਨੀ ਰਿਸਪੋਂਸੀਬਿਲਟੀ ਹੁੰਦੀ ਹੈ ਆਡੀਅੰਸ ਦੀ ਤੁਹਾਡੇ 'ਤੇ? ਬਹੁਤ ਕੁਛ ਹੈ ਭਾਅ ਜੀ, ਇਹ 'ਚ ਇਕੱਲੀ ਇਕੱਲੀ ਚੀਜ਼ ਨੋਟਿਸ ਹੁੰਦੀ ਹੈ ਤੁਹਾਡੀ, ਤੁਸੀਂ ਐਕਟਿੰਗ ਦੇ ਵਿੱਚ ਜਿੰਨੇ ਰੀਅਲ ਲੱਗੋਗੇ ਉਹਨਾਂ ਤੁਹਾਨੂੰ ਲੋਕ ਜ਼ਿਆਦਾ ਐਪਰੀਸ਼ੀਏਟ ਕਰਨਗੇ। ਬਾਕੀ ਇਕੱਲਾ ਐਕਟਰ ਦੀ ਜ਼ਿੰਮੇਵਾਰੀ ਇਕੱਲੇ ਆਪਣੇ ਆਪ 'ਤੇ ਨਹੀਂ ਹੁੰਦੀ, ਉਹਨੂੰ ਜਿਵੇਂ ਫੋਰ ਐਗਜ਼ਾਮਪਲ ਕੋਈ ਹੀਰੋ ਹੈ ਅਤੇ ਉਹਨੂੰ ਜਿਵੇਂ ਸਿੱਖਦਾ ਤਾਂ ਬੰਦਾ ਸਾਰੀ ਉਮਰ ਹੀ ਹੈ, ਮੈਂ ਆਪਣਾ ਸ਼ੋਟ ਦੇ ਕੇ ਆਇਆ ਨਹੀਂ ਸੀ, ਮੈਂ ਆ ਕੇ ਇੱਧਰ ਬਹਿ ਜਾਂਦਾ ਸੀ ਆਪਣੀ ਵੈਨਿਟੀ 'ਚ ਬਹਿ ਗਿਆ, ਨਾ ਉੱਦਾਂ ਦੇ ਸੈੱਟ 'ਤੇ ਰਹੋ, ਉੱਥੇ ਉੱਥੇ ਕਿਹੜਾ ਤੁਹਾਨੂੰ ਕੋਈ ਖਾਂਦਾ, ਉੱਥੇ ਬੈਠੇ ਰਹੋ, ਵੇਖੀ ਜਾਓ। ਬਿੰਨੂ ਭਾਅ ਜੀ ਸੀਗੇ, ਬਿੰਨੂ ਭਾਅ ਜੀ ਨੂੰ ਮੈਂ ਫੋਲੋ ਕਰਦਾ ਸੀ, ਦੇਖਦਾ ਸੀ ਕਿੱਦਾਂ ਕਰਦੇ ਸੀ। ਸੂਹੀ ਸਾਹਿਬ ਨੂੰ, ਸੂਹੀ ਸਾਹਿਬ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਮੈਂ ਵੀ ਸਿੱਖਦਾ, ਬਿੰਨੂ ਭਾਅ ਜੀ ਸਿੱਖਦੇ, ਉਹਨਾਂ ਤੋਂ ਸ਼ੁਰੂ ਤੋਂ ਹੀ ਸਿੱਖਦੇ ਪਏ ਹਾਂ। ਫਿਰ ਉਸ ਤੋਂ ਬਾਅਦ 'ਚ ਜਿਵੇਂ ਉੱਥੇ ਸਿੰਮੀ ਹੈ, ਸਾਨੂੰ ਵੀ ਸਾਨੂੰ ਹੁੰਦਾ ਸੀਗਾ ਵੀ ਇਹਦੀ ਡੈਬੀ ਫਿਲਮ ਵੀ ਕਿੱਦਾਂ ਕਿਵੇਂ ਕਰੂਗੇ, ਹੈ ਨਾ। ਟੱਚ ਉਹਨੇ ਬਹੁਤ ਵਧੀਆ ਕੰਮ ਕੀਤਾ, ਸੋ ਸੈੱਟ 'ਤੇ ਹੁੰਦਾ ਸੀਗਾ ਮੈਂ ਮੋਸਟਲੀ, ਜਾਂਦੇ ਨਹੀਂ ਸੀ ਹੁੰਦੇ ਅਸੀਂ। ਤੇ ਬਾਕੀ ਇਹ ਚੀਜ਼ਾਂ ਮੈਟਰ ਕਰਦੀਆਂ ਵਾ, ਜੇ ਤੁਸੀਂ ਸੈੱਟ 'ਤੇ ਰਹੋਗੇ ਤਾਂ ਵਧੀਆ ਲੱਗਦਾ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਸੋ 29 ਜੁਲਾਈ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਯਾਦ ਕਰਾਂਗੀ, ਫਿਲਮ ਰਿਲੀਜ਼ ਹੋ ਰਹੀ ਹੈ ਅਤੇ ਫਿਲਮ ਦੇ ਮਿਊਜ਼ਿਕ ਬਾਰੇ ਆਪਾਂ ਗੱਲਾਂ ਕਰਾਂਗੇ, ਗਾਣੇ 2-4 ਹੋਰ ਸੁਣਾਂਗੇ ਬਾਈ ਤੋਂ, ਪਰ ਵੇਲਾ ਇੱਕ ਨਿੱਕੀ ਜਿਹੀ ਹੋਰ ਬ੍ਰੇਕ ਦਾ ਹੋ ਗਿਆ ਜੀ, ਬਸ ਆਪਾਂ ਹੁਣੇ ਗਏ ਅਤੇ ਹੁਣੇ ਹਾਜ਼ਰ ਹੁੰਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੁਲਾਕਾਤ ਆਪਾਂ ਅੱਜ ਕਰ ਰਹੇ ਹਾਂ PTC ਸ਼ੋਕੇਸ ਦੇ ਵਿੱਚ ਬੰਬੂ ਘਾਟ ਦੇ ਸਟਾਰਜ਼ ਬੀਨੂ ਢਿੱਲੋਂ ਭਾਅ ਜੀ ਅਤੇ ਐਮੀ ਵਿਰਕ ਬਾਈ ਦੇ ਨਾਲ। ਸੇ ਐਮੀ ਭਾਅ ਜੀ, ਮਿਊਜ਼ਿਕ ਵਿੱਚ ਜਿੱਦਾਂ ਕਿ ਓਬਵੀਅਸਲੀ ਤੁਸੀਂ ਲੀਡ ਕਰ ਰਹੇ ਹੋ ਫਿਲਮ ਦੇ ਵਿੱਚ, ਅਤੇ ਮਿਊਜ਼ਿਕ ਵਿੱਚ ਲੀਡ ਕਰ ਰਹੇ ਹੋ ਖਾਸ ਤੌਰ 'ਤੇ, ਮਿਊਜ਼ਿਕ ਕਿਹਨਾਂ ਨੇ ਦਿੱਤਾ ਜੀ? ਮਿਊਜ਼ਿਕ ਹੈਗਾ ਜੀ ਐਜ਼ ਯੂਜ਼ੁਅਲ ਜਤਿੰਦਰ ਸ਼ਾਹ ਜੀ ਦਾ, ਅਤੇ ਬਿਕੋਜ਼ ਹੀ ਇਜ਼ ਸੋ ਟੈਲੈਂਟਡ, ਅਤੇ ਉਹਨਾਂ ਨੇ ਫਿਲਮ ਦਾ ਬੈਕਗਰਾਉਂਡ ਵੀ ਸਾਡਾ ਸ਼ਾਹ ਜੀ ਕਰਦੇ ਪਏ, ਅਤੇ ਫਿਲਮ ਦੇ ਵਿੱਚ ਮੇਰੇ ਖਿਆਲ 6 ਗਾਣੇ ਆ, ਅਤੇ ਅਮਰਿੰਦਰ ਭਾਅ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ। ਇੱਕ ਗਾਣਾ ਅਮਰਿੰਦਰ ਭਾਅ ਜੀ ਦਾ ਜਿਹੜਾ ਆਲਰੇਡੀ ਰਿਲੀਜ਼ ਹੋ ਚੁੱਕਿਆ ਜਿੰਦ, ਅਤੇ ਇੱਕ ਸਾਡੀ ਫਿਲਮ ਦੇ ਵਿੱਚ ਸੈਡ ਸੌਂਗ ਆ ਉਹ ਪ੍ਰਭ ਗਿੱਲ ਵੀਰੇ ਨੇ ਗਾਇਆ, ਅਤੇ ਬਾਕੀ 3-4 ਗਾਣੇ ਮੇਰੇ ਆ ਜੀ। ਪ੍ਰਭ ਗਿੱਲ ਬਾਈ ਦਾ ਗਾਣਾ ਮਤਲਬ ਨੱਚਣ ਟੱਪਣ ਵਾਲਾ, ਕਿ ਉਹਨਾਂ ਦੇ ਜਿਹੜਾ ਜੌਨਰ ਜਿਹੜਾ ਸੈਡ ਸੌਂਗ ਹੈ ਜੀ ਅਮਰਿੰਦਰ ਭਾਅ ਜੀ ਦਾ ਗਾਣਾ। ਅਤੇ ਦੂਜਾ ਆਪਾਂ ਗਾਣਾ ਕਿਹੜਾ ਸੁਣੀਏ ਇਹਨਾਂ ਤੋਂ, ਹੋਰ ਤੁਹਾਨੂੰ ਲੱਗਦਾ ਦੂਜਾ ਇਹਨਾਂ ਤੋਂ ਸੁਣੀਏ ਆਪਾਂ ਦੂਜਾ ਗਾਣਾ? ਹਾਂ, ਮੈਂ ਤੁਹਾਨੂੰ ਅਮਰਿੰਦਰ ਭਾਅ ਜੀ ਵਾਲੇ ਦੇ 2 ਬੋਲ ਸੁਣਾਉਣਾ, ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਅਮਰਿੰਦਰ ਭਾਅ ਜੀ ਨੇ ਕੀਤਾ ਗਾਣਾ। ਜਿੰਦ ਹੋ ਟੁੱਟ ਜਾਵਣੀ ਅੰਤ ਨੂੰ ਤਾਰ ਪਾਈ ਨਹੀਂ ਓ ਵੱਜਣਾ, ਫੇਰ ਸਰੰਗੀਆਂ ਨੇ ਉੱਠਣਾ ਪੈਣਾ ਵੇ ਲੱਗੀਆਂ ਮਹਿਫਲਾਂ ਚੋਂ ਨਹੀਂ ਓ ਰੋਕਣਾ ਸਾਥੀਆਂ ਸੰਗੀਆਂ ਨੇ ਗਹਿਣੇ ਕੱਪੜੇ ਰਹਿਣਗੇ ਮਾਸੀ ਉੱਤੇ ਮਾਸੀ ਉੱਤੇ ਹਾਏ ਮਾਸੀ ਉੱਤੇ ਰੂਹਾਂ ਦੇਹੀ ਚੋਂ ਨਿਕਲਣਾ ਨੰਗੀਆਂ ਨੇ। ਕਿਆ ਬਾਤ ਹੈ, ਕਿਆ ਬਾਤ ਹੈ ਭਾਈ। ਜਦੋਂ ਮਤਲਬ ਖਾਸ ਤੌਰ 'ਤੇ ਜਿੱਦਾਂ ਹੁਣ ਭਾਜੀ ਹੋਣੀ ਉੱਥੇ ਮਾਹੌਲ ਵੀ ਓਬਵੀਅਸਲੀ ਹੁੰਦਾ ਹੋਣਾ, ਤੁਹਾਡਾ ਵੀ ਜੀ ਕਰਦਾ ਕਿ ਯਾਰ ਅਸੀਂ ਵੀ ਗੁਣਗੁਣਾ ਲਈ ਮਾੜਾ ਮੋਟਾ? ਮੈਂ ਪਿੱਛੇ 2-3 ਵਾਰੀ ਗਾਇਆ, ਅੱਛਾ ਗੱਲ ਨਹੀਂ ਬਣੀ। ਮੈਂ ਕਿਹਾ ਮੈਂ ਰਹੀਮ ਬਾਈ ਤੋਂ ਪੁੱਛ ਲਈ ਨਾ ਤੂੰ ਕਿਹੜਾ ਗਾਣਾ ਗਾਏ ਜਿਹੜਾ। ਅਸੀਂ ਟੈਲੈਂਟ ਦੀ ਗੱਲ ਕਰਦੇ ਹਾਂ ਜੇ, ਚਲੋ ਟੈਲੈਂਟ, ਚਲੋ ਮੈਨੂੰ ਮੈਂ ਗਾ ਲੈਣਾ ਸ਼ੌਂਕ ਹੈ ਮੈਨੂੰ ਗਾਉਣ ਦਾ, ਅਤੇ ਇਹ ਤੁਹਾਨੂੰ ਪਤਾ ਹੀ ਹੈ ਭੰਗੜਾ ਇਹਨਾਂ ਵਰਗਾ ਵੀ ਕੋਈ ਪਾ ਨਹੀਂ ਸਕਦਾ ਬਿਲਕੁਲ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਨੇ, ਅਤੇ ਮੈਂ ਪਰਫੋਰਮੈਂਸ ਇਹਨਾਂ ਦੀ ਵੇਖੀ ਸੀਗੀ, ਖੈਰ ਇਹ ਤਾਂ ਸ਼ੁਰੂ ਤੋਂ ਪਾਉਂਦੇ ਹੀ ਭੰਗੜਾ ਰਿਹਾ, ਅਤੇ ਨਾਲ ਅਮਰਿੰਦਰ ਭਾਅ ਜੀ ਹੋਣੀ ਉਹ ਵੀ ਸ਼ੁਰੂ ਤੋਂ ਭੰਗੜਾ ਪਾਉਂਦੇ ਰਹੇ, ਅਤੇ ਇਹਨਾਂ ਦੀ ਕੋਲੈਬੋਰੇਸ਼ਨ ਬਹੁਤ ਵਧੀਆ ਲੱਗੀ ਸੀ ਮੈਨੂੰ ਸਟੇਜ 'ਤੇ ਇੱਕ ਵਾਰੀ ਦੇਖਿਆ ਸੀ। ਬਿਲਕੁਲ ਬਿਲਕੁਲ, ਆਪਾਂ ਅਵਾਰਡਸ 'ਤੇ ਵੀ ਇਹਨਾਂ ਨੂੰ ਦੇਖਿਆ ਹੈਗਾ, ਕਹਿੰਦੇ ਪੰਜਾਬ ਚਿੱਬ ਕੱਢਤੇ ਸੀ ਇਹਨਾਂ, ਚੰਗੇ ਭਲੇ ਦੇਖੇ। ਅੱਛਾ ਯਾਰ ਵੀਨੂ ਭਾਈ ਭੰਗੜਾ ਪਹਿਲਾਂ ਤਾਂ ਸਾਡਾ ਲਾਹੌਰ ਦੇ ਵਿੱਚ ਡੈਂਟੀ ਪੈਂਡੇ ਦਾ ਕੰਮ ਸੀਗਾ ਨਾ ਜੀ, ਫਿਰ ਚਿੱਬ ਕੱਢ ਦੇਖਦੇ ਨੇ ਜੀ। ਇੱਦਾਂ ਹੁਣ ਮੂਮੈਂਟਸ ਇੱਥੇ ਵੀ ਇਹ ਵੀ ਜਦੋਂ ਤੁਹਾਡੇ ਨਾਲ ਹਮੇਸ਼ਾ ਹੋਈਦਾ ਕੁਝ ਨਾ ਕੁਝ ਯਾਦਗਾਰ ਪਲ ਲੈ ਕੇ ਜਾਈਦੇ ਕਿ ਨਹੀਂ ਬਾਈ? ਕਹਿੰਦੇ ਨੇ ਵੀ ਯਾਰ ਅੱਛਾ ਇਹਦੇ ਪਰ ਟੀਚਰ ਕਰਤੀ ਬਾਈ ਨੇ, ਇਹਦੇ ਪਰ ਟੀਚਰ ਕਰਤੀ ਸੀਗੀ, ਉਹ ਯਾਦ ਰਹਿ ਜਾਂਦੀ। ਫਿਲਮ ਦੇ ਵਿੱਚ ਕੋਈ ਇੱਦਾਂ ਦੀ ਮੂਮੈਂਟ ਖਾਸ ਤੌਰ 'ਤੇ ਜਿਹੜੀ ਕਿ ਬਾਹਲਾ ਹੀ ਫਨ ਕ੍ਰੀਏਟ ਹੋ ਗਿਆ? ਉਹ ਤਾਂ ਬਹੁਤ ਹੋਣੀਆਂ ਨੇ ਫਿਲਮ ਦੇ ਵਿੱਚ ਜੀ, ਜਿਹੜੇ ਮੇਰੇ ਆਪੋਜ਼ਿਟ ਸੀਗੇ ਜੀ ਸ਼ੀਤਲ ਜੀ,
ਸਾਰੇ ਘਰ ਦੇ ਅੰਦਰੋਂ ਤੁਰ ਜਾਂਦੇ ਨੇ ਉਹ ਫੀਲ ਕਰਦੀਆਂ ਲਾਈਕ ਐਂ ਫੀਲ ਕਰਦੀਆਂ ਦੇਖ ਕੇ ਵੀ ਮੇਰੇ ਘਰ ਵਾਲਾ ਕਿਤੇ ਹੈ ਨਾ ਜਾਂ ਵਾ ਟਾਈਪ ਤਾਂ ਉਹ ਜਿਹੜੀ ਮੇਰੀ ਵਾਲੀ ਆ ਉਹ ਭੱਜ ਕੇ ਆਉਂਦੀ ਆ ਉਹਨੂੰ ਕਿਵੇਂ ਲੈ ਕੇ ਜਾਂਦੀ ਆ ਤੁਸੀਂ ਫਿਲਮ ਦੇ ਵਿੱਚ ਦੇਖਿਓ ਬੜਾ ਨਜ਼ਾਰਾ ਆਇਆ ਸੀ ਮੈਂ ਨਕਲ ਲਾਈ ਸੀਗੀ ਮੇਰੇ ਖਿਆਲ 'ਚ ਦੋ ਦਿਨ ਨਹੀਂ ਹੱਸਣ ਹਟੇ ਜੀ ਜਦੋਂ ਵੀ ਮਿਲਦੀ ਜਦੋਂ ਕੀ ਕਰਦੀ ਉਹਨੇ ਕੀ ਕਰਦਾ ਸੀ ਮਤਲਬ ਯਾਰ ਤੁਸੀਂ ਕਿਆ ਬਾਤ ਆ ਯਾਰ ਵੀ ਬੰਬੇ ਤੋਂ ਸਿੱਖੀ ਹੋਈ ਸੀ ਕਿਉਂਕਿ ਲੜਕੇ ਕਰਦੇ ਬੜੀ ਮੁਸ਼ਕਿਲ ਆਈ ਯਾਰ ਵੀ ਇੱਥੇ ਕੁੰਡੀ ਅੜ ਗਈ ਲੱਗ ਗਿਆ ਟਾਈਮ ਇੱਥੇ ਤਾਂ ਬੰਬੂ ਕਾਟ ਕਰਕੇ ਸਾਨੂੰ ਬਹੁਤ ਰੀਟੇਕ ਕਰਨੇ ਪੈਂਦੇ ਸੀ ਕਿਉਂਕਿ ਦੇਸੀ ਗੱਲ ਆਇਆ ਹੋਇਆ ਸੀ ਕਈ ਵਾਰੀ ਸੈਲਫ ਛੱਡ ਜਾਂਦਾ ਸੀ ਸੋ ਮੈਂ ਮੱਖਣ ਦੇ ਪ੍ਰਦੀਪ ਹੋਣਾ ਦਾ ਆਸ਼ੀਰਵਾਦ ਦਾ ਬਹੁਤ ਥੈਂਕ ਯੂ ਕਰਦਾ ਬਹੁਤ ਧੱਕਾ ਲਾਇਆ ਉਹਨਾਂ ਨੇ ਧੱਕਾ ਲਾ ਕੇ ਸਟਾਰਟ ਕਰਨਾ ਪੈਂਦਾ ਸੀ ਨਾਲ ਸੈਲਫ ਦੱਬ ਕੇ ਨਾਲ ਉਧਰੋਂ ਗੇਅਰ ਪਾ ਕੇ ਕਲੱਚ ਛੱਡਣਾ ਪੈਂਦਾ ਸੀ ਬਹੁਤ ਟਫ ਹੁੰਦਾ ਸੀ ਕਈ ਵਾਰੀ ਨਹੀਂ ਸੀ ਸਟਾਰਟ ਹੁੰਦਾ ਗਰਾਰੀਆਂ ਅੜ ਜਾਂਦੀਆਂ ਪੂਰੀਆਂ ਸੋ ਤਾਂ ਕਰਕੇ ਬਸ ਇਹ ਬੰਬੂ ਕਾਟ ਨੇ ਥੋੜ੍ਹੇ ਜਿਹੇ ਖੱਜਲ ਕਰਿਆ ਹੋਰ ਬਾਕੀ ਹਿਸਾਬ ਕਿਤਾਬ ਠੀਕ ਰਿਹਾ ਤੇ ਮੈਂ ਇਹਨੂੰ ਵਰਤਿਆ ਜਾ ਰਿਹਾ ਪ੍ਰੋਮੋਸ਼ਨ ਦੇ ਵਿੱਚ ਕਿਤੇ ਨਾਲ ਲੈ ਕੇ ਜਾ ਰਹੇ ਵੀ ਇਹੀ ਇਲਾਂਟੇ ਖੜਾਇਆ ਸੀਗਾ ਜੀ ਇਹ ਅੱਛਾ ਜੀ ਤੇ ਇਲਾਂਟੇ ਖੜਾ ਕੇ ਰੱਖਿਆ ਇਹਨੂੰ ਤੇ ਬਾਕੀ ਹੁਣ ਅੱਗੇ ਜਦੋਂ ਪ੍ਰਮੋਸ਼ਨ ਹੋਣਗੀਆਂ ਉਦੋਂ ਅਸੀਂ ਕਰਾਂਗੇ ਨਾਲ ਕੈਰੀ ਕਰਾਂਗੇ ਟੈਂਪੂ 'ਚ ਧਰ ਕੇ ਲਿਆਵਾਂਗੇ ਮੈਂ ਉਹੀ ਕਹਿਣ ਲੱਗਿਆ ਕਿਤੇ ਇਹ ਤਾਂ ਨਹੀਂ ਜੀ ਕਰਿਆ ਵੀ ਚਲੋ ਇਹਦੇ ਪਰ ਵੀ ਥੋੜ੍ਹਾ ਗੇੜਾ ਗੇੜਾ ਦੇ ਲਈਏ ਉੱਥੇ 28-30 ਕਿਲੋਮੀਟਰ ਚੱਲਦਾ ਸੀ ਇਹ ਅੱਛਾ ਉੱਥੋਂ ਉਹਨੇ ਉੱਥੇ ਇਹਨੂੰ ਚਲਾ ਕੇ ਲੈ ਕੇ ਜਾਂਦੇ ਸੀਗੇ ਜਦੋਂ ਅਸੀਂ ਫਿਰੋਜ਼ਪੁਰੋਂ 30 ਕਿਲੋਮੀਟਰ ਇੱਧਰ ਸੀ ਮੱਲਾ ਵਾਲਾ ਉੱਥੇ ਚਲਾ ਕੇ ਲੈ ਕੇ ਆਉਂਦੇ ਸੀ ਇਹਨੂੰ ਕਿਆ ਬਾਤ ਹੈ ਤੁਹਾਡੇ ਨਾਲ ਕੋਈ ਇੱਦਾਂ ਦੀ ਮੂਮੈਂਟ ਜਿਹੜੀ ਫਿਲਮ ਦੇ ਵਿੱਚ ਬਹੁਤ ਹੀ ਖਾਸ ਹੋਈ ਬਹੁਤ ਸਪੈਸ਼ਲ ਰਹੀ ਹੋਵੇ ਤੁਹਾਡੇ ਨਾਲ ਸਾਡਾ ਸਪੈਸ਼ਲ ਤਾਂ ਕੁਛ ਨਹੀਂ ਸੱਟਾਂ ਸੁੱਟਾਂ ਹੀ ਮਾਰੀਆਂ ਨੇ ਮੇਰੇ ਦੋ ਤਿੰਨ ਹੋਰ ਤਾਂ ਕੁਛ ਨੇ ਬੰਬੂਗੜ੍ਹ ਦਾ ਟੈਂਕ ਬਿਕੋਜ਼ ਜਦੋਂ ਗੇਅਰ ਪਾ ਕੇ ਨਾਲ ਦੇ ਨਾਲ ਸਟੀਅਰਿੰਗ ਫੜਨਾ ਹੁੰਦਾ ਸੀ ਤੇ ਵਿੱਚ ਉਹ ਟੈਂਕੀ ਆਉਂਦੀ ਸੀ ਉਹਦੇ ਨਾਲ ਉਹਦੇ ਨੁੱਕਰ ਜੀ ਸਾਈਡ ਤੇ ਉਹਨੇ ਇੱਥੇ ਹੱਥ ਵਾਹ ਹੱਥ ਪੈਰ ਵਾਹਵਾ ਛਿੱਲਿਆ ਉਹਨੇ ਤੇ ਜਦੋਂ ਡੰਡਾ ਉੱਤੋਂ ਗਰਮ ਹੋ ਜਾਂਦਾ ਸੀ ਉਹਨੇ ਇੱਥੇ ਸਾੜ ਪਾਇਆ ਚੰਗੇ ਉਹ ਸਪੈਸ਼ਲ ਤਾਂ ਕੁਛ ਵੀ ਨਹੀਂ ਹੈ ਜੀ ਤੇ ਬਿਨੂ ਭਾਜੀ ਫਿਲਮ ਦੇ ਵਿੱਚ ਜਿਹੜੇ ਹੋਰ ਸਰਦਾਰ ਸੋਹੀ ਸਾਹਿਬ ਹੈਗੇ ਨੇ ਕਿ ਨਹੀਂ ਉਹ ਕਿਹੜੇ ਕਿਹੜੇ ਕਿਰਦਾਰ ਨਿਭਾ ਰਹੇ ਨੇ ਕੀ ਉਹਨਾਂ ਦਾ ਕੈਰੈਕਟਰ ਹੈਗਾ ਸਰਦਾਰ ਸੋਹੀ ਸਾਹਿਬ ਫੈਮਿਲੀ ਦੇ ਵਿੱਚ ਹੀ ਹੈਗੇ ਨੇ ਤਾਇਆ ਜੀ ਨੇ ਜੀ ਮੇਰੇ ਸਾਡੇ ਸਹੁਰੇ ਪਰਿਵਾਰ ਦੇ ਵਿੱਚੋਂ ਤੇ ਸਾਡੇ ਗੁਰੂ ਨੇ ਜੀ ਉਹ ਤਾਂ ਲੈਜੈਂਡ ਨੇ ਹੈ ਨਾ ਜੀ ਬਿਲਕੁਲ ਬਿਲਕੁਲ ਤੇ ਬੜਾ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਆਪਣੇ ਹੋਬੀ ਧਾਲੀਵਾਲ ਜੀ ਰਾਈਟ ਉਹ ਸਹੁਰਾ ਬਣੇ ਨੇ ਸਾਡੇ ਜੀ ਤੇ ਆਪਣੇ ਉਸ ਤੋਂ ਬਾਅਦ ਨਾਲ ਜਿਹੜੇ ਹੈਗੇ ਨੇ ਜੀ ਨਿਰਮਲ ਰਿਸ਼ੀ ਮੈਡਮ ਹਾਂਜੀ ਮੇਰੇ ਮਾਤਾ ਜੀ ਬਣੇ ਨੇ ਜੀ ਨਿਰਮਲ ਰਿਸ਼ੀ ਮੈਡਮ ਜੀ ਓਕੇ ਓਕੇ ਉਹ ਪਰਿਵਾਰ ਦੇ ਮਤਲਬ ਸਾਰੇ ਇੱਕ ਪਰਿਵਾਰ ਦੇ ਸਦੱਸਿਆ ਹੈਗੇ ਨੇ ਸਾਰੇ ਜਿਹੜੇ ਬਣੇ ਅੱਛਾ ਭਾਈ ਜਿਵੇਂ ਕਿ 60s ਦੀ ਫਿਲਮ ਹੈ ਜਾਂ ਉਹ ਤੋਂ ਪਹਿਲਾਂ ਦੀ ਫਿਲਮ ਹੈ ਜੋ ਵੀ ਪੀਰੀਅਡ ਫਿਲਮ ਆਪਾਂ ਬਣਾਉਣੀ ਹੁੰਦੀ ਹੈ ਖਾਸ ਤੌਰ 'ਤੇ ਕਿ ਨਹੀਂ ਤਾਂ ਆਰਟ ਵਰਕ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਤਾਂ ਕਿਹੜੇ ਕਿਹੜੇ ਟੀਮ ਸੀਗੇ ਆਰਟ ਵਰਕ ਜਿਹੜੀ ਆਰਟ ਰਾਸ਼ਦ ਜੀ ਨੇ ਜਿਹਨਾਂ ਦੇ ਜੀ ਅੰਗਰੇਜ਼ ਦੇ ਵਿੱਚ ਵੀ ਹੋਈ ਸੀਗੇ ਜੀ ਰਾਸ਼ਦ ਲਵ ਪੰਜਾਬੀ ਉਹਨਾਂ ਨੇ ਕੀਤੀ ਸੀਗੀ ਜੀ ਤੇ ਇਹ ਫਿਲਮ ਵੀ ਉਹਨਾਂ ਤੋਂ ਹੀ ਕਰਵਾਈ ਹੈ ਜੀ ਇਹਨਾਂ ਨੇ ਸਾਰਾ ਟੈਕਸਚਰ ਤੁਸੀਂ ਘਰ ਦੇਖੋਗੇ ਘਰ ਬਣਾਇਆ ਜੀ ਬਾ ਕਮਾਲ ਹੈ ਜੀ ਜਿਹੜੀ ਹਵੇਲੀ ਦੇ ਵਿੱਚ ਤੁਸੀਂ ਉਹ ਨੱਚਦੇ ਦੇਖੋਗੇ ਬਾਈ ਵਾਲਾ ਗਾਣਾ ਜਿਹੜਾ ਓਪਨ ਹੋਇਆ ਜੀ ਉਹ ਹਵੇਲੀ ਦੇ ਸ਼ਾਟ ਨੇ ਜੀ ਉਹ ਪੂਰੀ ਉਹ ਬਣਾਈ ਸੀਗੀ ਜੀ ਉਹਨਾਂ ਨੇ ਉੱਥੇ ਲੋਕਲ ਕਿੰਨਾ ਕਿੰਨਾ ਦੀ ਸਪੋਰਟ ਰਹੀ ਹੈ ਜਿਵੇਂ ਕਿਉਂਕਿ ਉਹ ਲੋਕਲ ਤਾਂ ਆਪਾਂ ਜ਼ਿਕਰ ਕਰ ਬਹੁਤ ਲੈ ਜੀ ਉੱਥੋਂ ਦਾ ਜਿਹੜੇ ਸਾਰੇ ਲੋਕਲ ਅੱਛਾ ਜੀ ਸਾਰੇ ਲੋਕਲ ਗ੍ਰਾਊਂਡ ਸੀਗਾ ਜਾਂ ਲੋਕਲ ਉੱਥੇ ਜਿਹੜੇ ਕੋਈ ਬਾ ਵਿੱਚ ਕੈਰੈਕਟਰ ਆਰਟਿਸਟ ਉੱਥੋਂ ਲੋਕਲ ਲੈ ਗਏ ਹਾਂ ਉਹਨਾਂ ਨੇ ਬਹੁਤ ਹੈਲਪ ਕੀਤੀ ਉੱਥੋਂ ਪਾਰਟਿਕੂਲਰ ਕੋਈ ਪਿੰਡ ਸੀਗਾ ਜਾਂ ਫਿਰ ਕੋਈ ਪਤਾ ਇੱਕ ਮੱਲਾਂ ਵਾਲੇ ਪਿੰਡ ਦੇ ਬਾਹਰ ਸੀਗਾ ਘਰ ਇੱਕ ਅੱਛਾ ਤੇ ਜਿਹੜਾ ਇਹ ਸਾਡਾ ਜਿਹੜਾ ਮੇਰਾ ਘਰ ਵਿਖਾਇਆ ਗਿਆ ਉਹ ਸੀਗਾ ਆਪਣਾ ਪਿੰਡ ਸੀਗਾ ਉੱਥੇ ਹਜ਼ਾਰਾ ਪਿੰਡ ਉਹਦੇ ਕਾਰਨਰ ਤੇ ਪੈਂਦਾ ਸੀਗਾ ਬਿਲਕੁਲ ਬਾਰਡਰ ਤੇ ਹੀ ਸੀ ਓਕੇ ਬਾਰਡਰ ਤੇ ਵੀ ਰੋਡ ਠਾ ਦੋ ਤਿੰਨ ਵਾਰੀ ਤਾਂ ਨੇਰੇ ਵੇਲੇ ਦੋ ਤਿੰਨ ਵਾਰੀ ਪਾਕਿਸਤਾਨ ਵੀ ਜਾ ਵੜੇ ਸੀ ਤਾਂ ਆਡੀਅੰਸ ਤੋਂ ਤੁਹਾਨੂੰ ਕੀ ਲੱਗਦਾ ਕੀ ਐਕਸਪੈਕਟੇਸ਼ਨ ਰੱਖਣੀਆਂ ਚਾਹੀਦੀਆਂ ਤੁਸੀਂ ਬਹੁਤ ਡਿਫਰੈਂਟ ਪਿੱਛੇ ਕਾਫੀ ਡਿਫਰੈਂਟ ਕਿਰਦਾਰ ਆਪਣੇ ਆਪ ਕੀਤੇ ਨੇ ਐਕਸਪੈਰੀਮੈਂਟ ਇਸ ਫਿਲਮ ਨੂੰ ਬਕਾਇਦਾ ਲਾਈਕ ਕਰਨਗੇ ਸਾਰੇ ਜਾਣੇ ਜੀ ਇਸ ਗੱਲ ਦੀ ਗਰੰਟੀ ਹੈ ਬਹੁਤ ਡਿਫਰੈਂਟ ਫਿਲਮ ਹੈ ਜੀ ਮੇਰੇ ਖਿਆਲ 'ਚ ਤੁਸੀਂ ਦੇਖਿਆ ਪ੍ਰੋਮੋਸ ਨੂੰ ਸਾਰੇ ਗਾਣਿਆਂ ਨੂੰ ਸਾਰਿਆਂ ਨੂੰ ਬਹੁਤ ਲਾਈਕ ਕਰ ਰਹੇ ਨੇ ਸਾਰਾ ਕੁਛ ਜੀ ਤੇ ਫਿਲਮ ਵੀ ਟੋਟਲੀ ਡਿਫਰੈਂਟ ਹੈਗੀ ਹੈ ਜੀ ਬਾਕੀ ਸਾਰਿਆਂ ਨੂੰ ਪਸੰਦ ਆਊਗੀ ਜੀ ਸੋ ਦੋਸਤੋ ਆਪਾਂ ਹੁਣ ਇੱਥੇ ਇੱਕ ਬ੍ਰੇਕ ਲਵਾਂਗੇ ਬ੍ਰੇਕ ਤੋਂ ਉਸ ਪਰ ਪੰਕਜ ਬੱਤਰਾ ਸਾਹਿਬ ਜਿਹੜੇ ਕਿ ਫਿਲਮ ਨੂੰ ਡਾਇਰੈਕਟ ਕੀਤਾ ਉਹਨਾਂ ਨੇ ਫਿਲਮ ਨੂੰ ਅਤੇ ਉਹ ਹਿੱਟ ਮਸ਼ੀਨ ਵੀ ਕਹੇ ਜਾਂਦੇ ਨੇ ਪੰਜਾਬੀ ਆਪਣੀ ਫਿਲਮ ਇੰਡਸਟਰੀ ਦੇ ਤਾਂ ਨਿੱਕੀ ਜੀ ਆਪਾਂ ਬ੍ਰੇਕ ਲੈਂਦੇ ਹਾਂ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹਾਂਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੰਬੂਘੜ ਦੀ ਟੀਮ ਦੇ ਨਾਲ ਖਾਸ ਤੌਰ 'ਤੇ ਜਿਹੜੇ ਦੋ ਸੋਹਣੇ ਸਰਦਾਰ ਹੈ ਜੀ ਆਪਾਂ ਉਹਨਾਂ ਨਾਲ ਅੱਜ ਗੱਲ ਕਰ ਰਹੇ ਹਾਂ PTC ਸ਼ੋਕੇਸ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਗੁਰਜੀਤ ਭਾਈ ਤੁਸੀਂ ਦੋ ਸੋਹਣੇ ਸਰਦਾਰ ਕਿਹਾ ਬਸ ਮੈਂ ਫੁੱਲੇ ਨਹੀਂ ਸਮਾ ਰਿਹਾ ਦੱਸੋ ਕਾਫੀ ਚਾਹ ਕੁਛ ਪੀਓਗੇ ਤੁਸੀਂ ਨਹੀਂ ਬਾਕੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਦਸਤਾਰ ਸਜੀ ਹੋਈ ਖਾਸ ਤੌਰ 'ਤੇ
ਸਾਰੇ ਤੁਹਾਡੇ ਮੇਰੇ ਖਿਆਲ ਤੁਹਾਨੂੰ ਵੀ ਫੀਡਬੈਕ ਨਾਲ ਦੀ ਨਾਲ ਮਿਲ ਜਾਂਦਾ ਫੇਸਬੁੱਕ ਜਾਂ ਹੋਰ ਤਾਂ ਜਿਹੜੇ ਖੁਸ਼ ਹੋਏ ਨੇ ਹੋਏ ਨੇ ਮੇਰੇ ਫਾਦਰ ਸਾਹਿਬ ਬੜੇ ਖੁਸ਼ ਹੋਏ ਨਹੀਂ ਬਹੁਤ ਸੋਹਣੀ ਤੁਹਾਡੇ ਦਸਤਾਰ ਸੱਜਦੀ ਕਿਸੇ ਕਿਸੇ ਮਤਲਬ ਕਈ ਵਾਰ ਹੁੰਦਾ ਕਈ ਵਾਰ ਨਹੀਂ ਵੀ ਜੱਚਦੀ ਹੁੰਦੀ ਕਈ ਵਾਰ ਨਾ ਪਰ ਵਧੀਆ ਲੱਗ ਰਹੀ ਹੈ ਤੁਹਾਡੇ ਜਦੋਂ ਐਂ ਬਾਈ ਵੀ ਐਂਟਰ ਕਰੀ ਸੀ ਉਹਨੇ ਦੇਖਿਆ ਪੱਗ ਬੰਨੀ ਆ ਤਾਂ ਮੈਂ ਰਿਐਕਸ਼ਨ ਨੋਟ ਕਰੇ ਵੀ ਹਾਂ ਵੀ ਗੱਲਬਾਤ ਹੈਗੀ ਆ ਪੂਰੀ ਕਿ ਨਹੀਂ ਓਕੇ ਅਤੇ ਇਹਦੀ ਫਿਲਮ ਦੇ ਵਿੱਚ ਜਿੱਦਾਂ ਜਸ ਬਾਈ ਉਹਨਾਂ ਨੇ ਡਾਇਲੋਗਸ ਲਿਖੇ ਹੈਗੇ ਸਟੋਰੀ ਹੈਗੀ ਹੋਰ ਕਿਹੜੇ ਕਿਹੜਿਆਂ ਦਾ ਜਸ ਬਾਈ ਐਂਡ ਸੋਹਣਾ ਬਾਈ ਹੈ ਜੀ ਜਿਹਨਾਂ ਨੇ ਡਾਇਲੋਗਸ ਲਿਖੇ ਨੇ ਉਹ ਦੋਨੇ ਕੰਬਾਈਂਡ ਕੰਮ ਕਰਦੇ ਨੇ ਜੀ ਜਸਵੀਰ ਐਂਡ ਸੋਹਣਾ ਬਾਈ ਜੀ ਉਹਨਾਂ ਨੇ ਡਾਇਲੋਗਸ ਲਿਖੇ ਨੇ ਬਹੁਤ ਪਿਆਰੇ ਡਾਇਲੋਗਸ ਲਿਖੇ ਨੇ ਜੀ ਮੌਕੇ 'ਤੇ ਸਾਰੀ ਸ਼ੂਟਿੰਗ ਦੌਰਾਨ ਸਾਡੇ ਨਾਲ ਹੀ ਰਹੇ ਨੇ ਜੀ ਸਿਚੁਏਸ਼ਨ 'ਤੇ ਬਣਾ ਲੈਂਦੇ ਸੀ ਕਈ ਵੀ ਨਹੀਂ ਰਾਹ ਨਹੀਂ ਗੱਲਦੀ ਕਿਉਂਕਿ ਉਹ ਇੱਕ ਉੱਦਾਂ ਜਿੱਦਾਂ ਫਵਣਾ ਹੈ ਨਾ ਉੱਦਾਂ ਦੇ ਸੋਭਦੇ ਨਹੀਂ ਇਹੋ ਜਿਹੀਆਂ ਗੱਲਾਂ ਪੁਰਾਣੀਆਂ ਗੱਲਾਂ ਤੁਸੀਂ ਸੁਣੇ ਹੋਣੇ ਥੋੜ੍ਹੇ ਮੋਟੇ ਡਾਇਲੋਗਸ ਵਿੱਚ ਤੁਹਾਨੂੰ ਉਹ ਨਜ਼ਰ ਆਉਂਦੀ ਹੈ ਫੀਲ ਜੀ ਪੁਰਾਣਾ ਹੈ ਨਾ ਜੀ ਇਹਦਾ ਪੁਰਾਣੇ ਸ਼ਬਦ ਇੱਕ ਅੰਗਰੇਜ਼ੀ ਦਾ ਸ਼ਬਦ ਵੀ ਬੜਾ ਯੂਜ ਕਰਕੇ ਤੁਸੀਂ ਬੜਾ ਘੈਂਟ ਡਾਇਲੋਗ ਮਾਰਿਆ ਤਾਂ ਉਹ ਮੈਂ ਕਹਿੰਦਾ ਪਹਿਲਾਂ ਆਪਾਂ ਸੁਣਦੀ ਹੈ ਹਾਂਜੀ ਹਾਂਜੀ ਉਹ ਚਾਹੋ ਤਾਂ ਮੈਂ ਕਿਹਾ ਕਹਿੰਦਾ ਇੱਕ ਗੋਰੀ ਜੀ ਮੇਮ ਮੇਰੇ ਸਾਡੇ ਘਰ ਆਈ ਕਹਿੰਦਾ ਮੇਰੇ ਦੋਨੇ ਗੱਲਾਂ ਨੂੰ ਫੜ ਕੇ ਕਹਿੰਦੀ ਬੁਲਸ਼ਿਟ ਬਸ ਉਸ ਦਿਨ ਤੋਂ ਲੈ ਕੇ ਕਹਿੰਦਾ ਚਾਰੇ ਪਾਸੇ ਬੁਲਸ਼ਿਟ ਬੁਲਸ਼ਿਟ ਕਿਆ ਬੜੀ ਖੂਬਸੂਰਤੀ ਨਾਲ ਇਹਨੂੰ ਪੇਸ਼ ਕੀਤਾ ਕਹਿੰਦੇ ਇਹ ਵਰਡ ਨੂੰ ਕਈ ਵਾਰ ਕੋਈ ਕਹਿੰਦਾ ਵੀ ਚੱਲ ਕਾਹਨੂੰ ਨਾ ਲੈਣਾ ਬਟ ਤੁਸੀਂ ਪਿਆਰ ਨਾਲ ਕਿਹਾ ਹੋਰ ਵੀ ਬਹੁਤ ਚੀਜ਼ਾਂ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲਣਗੀਆਂ ਅੱਛਾ ਟੋਟਲੀ ਡਿਫਰੈਂਟ ਤੁਹਾਡਾ ਬਾਈ ਕਿਹੜਾ ਜਿਹੜਾ ਡਾਇਲੋਗ ਹੈਗਾ ਵੀ ਤੁਹਾਨੂੰ ਲੱਗਦਾ ਕਿ ਯਾਰ ਬੜਾ ਸਵਾਦ ਆਇਆ ਬੋਲਣ ਦੇ ਵਿੱਚ ਉਹ ਫਿਲਮ ਦੇ ਵਿੱਚ ਉਹ ਤੁਹਾਨੂੰ ਜਦੋਂ ਵੇਖਣ ਮਿਲੂਗਾ ਜਾਂ ਕਹਿੰਦਾ ਕਹਿੰਦਾ ਇਹਦੇ 'ਤੇ ਕਹਿੰਦਾ ਉਹ ਇੰਨਾ ਕਹਿੰਦਾ ਕਹਿੰਦਾ ਰੂਸੀ ਰਾਕਟ 'ਤੇ ਬਹਿ ਕੇ ਚੰਨ 'ਤੇ ਜਾਂਦਾ ਇੰਨਾ ਸਵਾਦ ਨਹੀਂ ਆਉਂਦਾ ਕਹਿੰਦਾ ਜਿੰਨਾ ਇਹ 'ਤੇ ਬਹਿ ਕੇ ਸੋਰੀ ਜਾਂਦਾ ਹੋਊਗਾ ਕਹਿੰਦਾ ਉਹ ਬੰਬੂ ਘੱਟ ਲੈਣਾ ਆਉਂਦਾ ਜਦੋਂ ਅਸੀਂ ਮੈਂ ਅਤੇ ਕਰਮਜੀਤ ਭਾਅ ਜੀ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਉਹ ਸਕਿੱਪ ਕਰ ਗਏ ਸੀ ਕਰਮਜੀਤ ਭਾਅ ਜੀ ਉਹ ਮੇਰੇ ਨਾਲ ਫਿਲਮ ਦੇ ਵਿੱਚ ਕਿਉਂਕਿ ਉਹ ਗੁੱਸੇ ਵੀ ਹੋ ਜਾਂਦੇ ਨੇ ਨਾ ਜੇ ਇੰਟਰਵਿਊ ਵਗੈਰਾ 'ਚ ਨਾ ਲਓ ਤਾਂ ਫਿਰ ਉਹ ਬਹੁਤ ਫੀਲ ਕਰਦੇ ਨੇ ਇਸ ਕਰਕੇ ਕਰਮਜੀਤ ਅਨਮੋਲ ਬਹੁਤ ਬਹੁਤ ਥੈਂਕ ਯੂ ਭਾਅ ਜੀ ਸਾਡੇ ਸਾਰਿਆਂ ਦੇ ਸੀਨੀਅਰ ਹਾਲਾਂਕਿ ਮੇਰਾ ਇਹਨਾਂ ਨਾਲ ਕੋਈ ਰੌਲਾ ਨਹੀਂਗਾ ਕੋਈ ਜੱਦੀ ਭਾਅ ਜੀ ਨਾਲ ਅੰਗਰੇਜ਼ 'ਚ ਵੀ ਮੇਰੇ ਤੋਂ ਬਿਨਾਂ ਗੱਲੋਂ ਖਾਰ ਮੈਂ ਰੇਡੀਓ ਦੇ ਮੈਂ ਰੇਡੀਓ ਦੇ ਕੇ ਆਇਆ ਕੁੜੀ ਨੂੰ ਹੁਣ ਵੀ ਤੁਹਾਡਾ ਕੀ ਮਤਲਬ ਆਉਂਦਾ ਵੀ ਅਮਰਿੰਦਰ ਭਾਅ ਜੀ ਲਿਆਵੇ ਤਾਂ ਲਿਆਵੇ ਤੁਸੀਂ ਲਿਆ ਕੇ ਭੰਨਣ ਦਾ ਇਹਨਾਂ ਦਾ ਕੀ ਮਤਲਬ ਹੈ ਪਰ ਮੈਂ ਰੱਬ ਅੱਗੇ ਅਰਦਾਸ ਕਰਦਾ ਇੱਦਾਂ ਹੀ ਖਾਰ ਬਣੀ ਰਹੇ ਸਾਡੀ ਇੱਦਾਂ ਹੀ ਖਾਰ ਚੱਲਦੀ ਰਹੇ ਫਿਲਮ ਹਿੱਟ ਹੁੰਦੀ ਰਹਿਣ ਹੈ ਨਾ ਵਾਹਿਗੁਰੂ ਕਿਰਪਾ ਕਰਨ ਦਾ ਸਹੀ ਗੱਲ ਹੈ ਤੁਸੀਂ ਸਾਰੇ ਇੱਕ ਤਰ੍ਹਾਂ ਦੇ ਕਰਮਜੀਤ ਅਨਮੋਲ ਭਾਅ ਜੀ ਲੱਕੀ ਚਾਰ ਸਾਡੇ ਸਤਿਕਾਰਯੋਗ ਨੇ ਸਾਰਿਆਂ ਦੇ ਸਾਡੇ ਸੀਨੀਅਰ ਨੇ ਜੀ ਕਰਮਜੀਤ ਅਨਮੋਲ ਭਾਅ ਜੀ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਤੇ ਉਹ ਐਕਚੁਅਲੀ ਗੁੱਸਾ ਵੀ ਕਰ ਜਾਂਦੇ ਨੇ ਕਿਉਂਕਿ ਮੈਂ ਤਿੰਨ ਚਾਰ ਵਾਰੀ ਕਿਹਾ ਕਹਿੰਦਾ ਮੇਰਾ ਨਾਂ ਘਰੇ ਵੀ ਆ ਗਏ ਸੀਗੇ ਪਿੱਛੇ ਜੇ ਫਿਰ ਅਸੀਂ ਮੈਂ ਉਹ ਘਰ ਛੱਡ ਕੇ ਹੁਣ ਨਵੇਂ 'ਚ ਗਿਆ ਇੰਨਾ ਅਨਮੋਲ ਨਾ ਜੀ ਸੱਚੀ ਉਹ ਤਾਂ ਅਟੈਕ ਕਰ ਦਿੰਦੇ ਨੇ ਜੀ ਫਿਰ ਹੁਣ ਤਾਂ ਇੰਟਰਵਿਊਜ਼ ਅਸੀਂ ਕੀਤੀਆਂ ਨੇ ਕਿਉਂਕਿ ਆਪ ਫਿਜ਼ੀ ਗਏ ਹੋਏ ਨੇ ਹੁਣ ਉਹ ਤਾਂ ਉਦੋਂ ਬਾਅਦ ਅਸੀਂ ਸਾਰੀਆਂ ਇੰਟਰਵਿਊਜ਼ ਕਰ ਜਾਂਗੇ ਜੀ ਕਿਉਂਕਿ ਉਹ ਨਹੀਂ ਗੁੱਸਾ ਨਾ ਕਰ ਜਾਣ ਜੀ ਮਤਲਬ ਬਿਲਕੁਲ ਮੈਂ ਤਾਂ ਕਹਿੰਦਾ ਇਹ ਕੱਟ ਕੇ ਸਪੈਸ਼ਲ ਉਹਨਾਂ ਨੂੰ ਹੁਣੇ ਤੁਸੀਂ ਆਹ ਜਿਹੜਾ ਹੈਗਾ ਹੁਣੇ ਭੇਜ ਦਿਓ ਜਦੋਂ ਇੰਟਰਵਿਊ ਆ ਗਈ ਉਦੋਂ ਦੀ ਗੱਲ ਹੈਗੀ ਆ ਸੋ ਉਹ ਭਾਅ ਜੀ ਹੋਰ ਕਿਹਦਾ ਕਿਹਦਾ ਐਮ ਭਾਅ ਜੀ ਤੁਸੀਂ ਥੈਂਕਸ ਕਰਨਾ ਚਾਹੋਗੇ ਇਸ ਫਿਲਮ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਅਸੀਂ ਸਾਰੀ ਟੀਮ ਦਾ ਸਭ ਤੋਂ ਪਹਿਲਾਂ ਪ੍ਰੋਡਿਊਸਰਸ ਅਤੇ ਰਿਦਮ ਬੋਇਸ ਅਤੇ ਨਦਰ ਫਿਲਮਸ ਅਮੀਕ ਭਾਅ ਜੀ ਦਾ ਕਾਰਜ ਭਾਅ ਜੀ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦਾ ਅਮਰਿੰਦਰ ਭਾਅ ਜੀ ਦਾ ਜਸਪਾਲ ਸਿੰਘ ਸੰਧੂ ਅਤੇ ਅਮਰਵੀਰ ਸਿੰਘ ਸੰਧੂ ਸਾਹਿਬ ਬਾਕੀ ਲਿਖੀ ਸਾਡੀ ਫਿਲਮ ਜਸ ਗਰੇਵਾਲ ਸਾਹਿਬ ਨੇ ਸੋਹਣੇ ਭਾਅ ਜੀ ਦੇ ਡਾਇਲੋਗ ਆ ਅਤੇ ਪ੍ਰੋਜੈਕਟ ਡਿਜ਼ਾਇਨ ਕੀਤਾ ਜੀ ਵਿਰਾਸਤ ਫਿਲਮਸ ਅਤੇ ਕਿਸਾਨ ਪ੍ਰੋਡਕਸ਼ਨ ਅਤੇ ਰਾਸ਼ੀ ਜੀ ਦਾ ਸ਼ਬਾਨਾ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਅਤੇ ਮਿਊਜ਼ਿਕ ਜਤਿੰਦਰ ਸ਼ਾਹ ਜੀ ਦਾ ਅਤੇ ਬਾਕੀ ਹੋਰ ਵੀ ਜਿੰਨੇ ਲਾਈਕ ਜਿਹੜੀ ਸਾਡੀ ਪ੍ਰੋਡਕਸ਼ਨ ਟੀਮ ਸੀਗੀ ਸਾਰੀ ਵਿਰਾਸਤ ਫਿਲਮਸ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਹਰ ਜਗ੍ਹਾ ਉਹ ਸਾਰੇ ਸਰਦਾਰ ਵੀ ਸਾਡੇ ਨਾਲ ਹੁੰਦੇ ਸੀਗੇ ਫਿਲਮ ਦੇ ਵਿੱਚ ਵੀ ਉਹ ਆਉਂਦੇ ਆ ਆਪ ਵੀ ਅਤੇ ਕਾਕੇ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਸੋ ਬਾਕੀ ਆਹੀ ਸਾਡੀ ਟੀਮ ਸੀਗੀ ਅਤੇ ਕਿਸੇ ਦਾ ਨਾਂ ਰਹਿ ਗਿਆ ਹੋਇਆ ਅਤੇ ਵੀਡੀਓ ਵਾਰੀ ਸੋਰੀ ਗਾਹ ਲੈ ਦਿਆਂਗੇ ਨਹੀਂ ਕਿਉਂਕਿ ਮਾਫੀ ਤਾਂ ਅਸੀਂ ਝੱਟ ਮੰਗ ਲਈ ਦੀ ਹੈ ਨਾ ਜੀ ਹੈ ਨਾ ਪਹਿਲੀ ਨਾਲ ਲਾ ਕੇ ਤੋਰਦੇ ਨੇ ਜਿਹਦਾ ਕਿ ਨਾਂ ਰਹਿ ਗਿਆ ਹੋਵੇ ਪਹਿਲਾਂ ਹੀ ਮਾਫੀ ਹੈ ਨਾ ਜੀ ਔਰ ਸਭ ਤੋਂ ਵੱਡਾ ਤਾਂ ਧੰਨਵਾਦ ਕਰਨਾ ਚਾਹੁੰਦੇ ਜੀ ਸਾਡੇ ਸਤਿਕਾਰਯੋਗ ਜਿਹੜੇ ਰੱਬ ਰੂਪੀ ਸਾਡੇ ਸਰੋਤੇ ਨੇ ਸਾਡੇ ਦਰਸ਼ਕ ਨੇ ਜਿਹਨਾਂ ਦੀ ਬਦੌਲਤ ਅਸੀਂ ਆਹ ਕੁਰਸੀਆਂ ਦੇ ਉੱਤੇ ਬੈਠੇ ਹਾਂ ਸੋਫੇ ਦੇ ਉੱਤੇ ਬੈਠੇ ਹਾਂ ਜੀ ਉਹਨਾਂ ਨੇ ਇਸ ਸੀਟ ਤੱਕ ਪਹੁੰਚਾਇਆ ਜੀ ਔਰ ਅਫਸਰ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਸਾਡੀ ਫਿਲਮ ਆ ਰਹੀ ਹੈ 29 ਜੁਲਾਈ ਨੂੰ ਔਰ ਇਸ ਗੱਲ ਦੀ ਗਰੰਟੀ ਤੁਹਾਨੂੰ ਬਹੁਤ ਪਸੰਦ ਆਊਗੀ ਬਿਲਕੁਲ ਅਸੀਂ ਸਾਰੇ ਇਹੀ ਦੁਆ ਕਰਦੇ ਹਾਂ ਕਿ ਫਿਲਮ ਚੜ੍ਹਦੀ ਕਲਾ ਵਿੱਚ ਰਹੇ ਪੰਜਾਬੀ ਸਿਨੇਮਾ ਦੀ ਝੋਲੀ ਜਿਹੜੀ ਹੈਗੀ ਆ ਉਹ ਭਰਦੀ ਰਹੇ ਹਮੇਸ਼ਾ ਉੱਪਰ ਤੋਂ ਉੱਪਰ ਲੈਵਲ ਅਪ ਹੁੰਦਾ ਰਹੇ ਅਤੇ ਤੁਹਾਨੂੰ ਵੀ ਪਰਮਾਤਮਾ ਬਹੁਤ ਤਰੱਕੀਆਂ ਬਖਸ਼ੇ ਅਤੇ ਭਾਅ ਜੀ ਫਿਊਚਰ ਦੇ ਵਿੱਚ ਜਾਂਦੇ ਆਉਂਦੇ ਮੈਂ ਇਹ ਪੁੱਛਣਾ ਚਾਹੂੰਗਾ ਵੀਨੂ ਭਾਅ ਜੀ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟਸ ਹੋਰ ਆ ਰਹੇ ਨੇ ਪੰਜਾਬੀ ਦਰਸ਼ਕ ਕਿੱਥੇ ਕਿੱਥੇ ਦੇਖਣਗੇ ਮੇਰਾ ਜਿਹੜਾ ਆਉਣ ਵਾਲੇ ਪ੍ਰੋਜੈਕਟ ਆ ਰਹੇ ਨੇ ਉਹ ਆ ਰਹੇ ਨੇ ਜੀ ਇੱਕ ਤਾਂ ਆ ਰਹੀ ਹੈ ਜੀ 29 ਜੁਲਾਈ ਨੂੰ ਬੰਬੂ ਘਾਟ ਅਤੇ ਉਸ ਤੋਂ ਨਾਲ ਹੀ ਇੱਕ ਹੋਰ ਆ ਰਹੀ ਹੈ ਜੀ ਬੰਬੂ ਘਾਟ 29 ਜੁਲਾਈ ਨੂੰ ਅਤੇ ਬੰਬੂ ਘਾਟ 29 ਜੁਲਾਈ ਨੂੰ ਸਿਰਫ ਇਹੀ ਫਿਲਮ ਆ ਰਹੀ ਹੈ ਜੀ ਮੇਰੀ ਉਸ ਤੋਂ ਬਾਅਦ ਕੋਈ ਫਿਲਮ ਨਹੀਂ ਸੋ ਜ਼ਰੂਰ ਦੇਖਿਓ ਕਿਉਂਕਿ ਲਾਂਭੇ ਬੜੇ ਮਿਲ ਜਾਂਦੇ ਵੀ ਕਈ ਵਾਰੀ ਕਹਿੰਦੇ ਕਿਉਂਕਿ ਸੁਣਾਉਣੀ ਫਿਲਮ ਡਿਫਰੈਂਟ ਹੁੰਦੀ ਹੈ
ਤੇ ਫਿਰ ਉਸ ਤੋਂ ਬਾਅਦ ਇੱਕ ਨਿੱਕਾ ਜਿਹਾ ਚੱਲਦਾ ਰਹੇ ਸੀ ਸਾਡੀ ਫਿਲਮ, ਉਹ ਸਿਮਰ ਭਾਅ ਜੀ ਦਾ ਪ੍ਰੋਜੈਕਟ ਉਹਨਾਂ ਨੇ ਬਣਾਇਆ ਸਾਰਾ, ਅਤੇ ਉਹਦਾ 10-15 ਕੁ ਦਿਨ ਦਾ ਸ਼ੂਟ ਰਹਿੰਦਾ ਜੇ, ਅਤੇ ਉਸ ਤੋਂ ਬਾਅਦ 'ਚੋਂ ਮੋਸਟ ਪ੍ਰੋਬਲੀ 30 September ਜਾਂ 7 October ਨੂੰ ਰਿਲੀਜ਼ ਕਰਾਂ। ਬੈਸਟ ਵਿਸ਼ਿਜ਼ ਤੁਹਾਡੇ ਫਿਊਚਰ ਦੇ ਲਈ, ਖਾਸ ਤੌਰ 'ਤੇ ਕਿਉਂਕਿ ਪੰਜਾਬੀ ਆਡੀਅੰਸ ਨੂੰ ਤੁਹਾਡੇ 'ਤੇ ਬਹੁਤ ਆਸਾਂ ਹੈਗੀਆਂ ਨੇ ਕਿ ਚੰਗੇ ਚੰਗੇ ਪ੍ਰੋਜੈਕਟ ਤੁਸੀਂ ਚੂਜ਼ ਕਰੋ, ਸਾਹਮਣੇ ਆਉਣ, ਤੁਹਾਨੂੰ ਪਸੰਦ ਸਾਰੇ ਕਰਦੇ ਆ। ਸਾਨੂੰ ਇੱਕ ਪੰਜਾਬੀ ਇੰਡਸਟਰੀ ਨੂੰ ਹੋਰ ਹੀਰੋ ਮਿਲ ਗਿਆ ਭਰਾ, ਅਤੇ ਬਾਕੀ ਬਹੁਤ ਵਧੀਆ ਕੰਮ ਕਰ ਰਿਹਾ, ਅਤੇ ਬੜੇ ਮਾਣ ਨਾਲ ਕਹੀਦਾ ਸਾਰਿਆਂ ਨੂੰ ਜੀ ਸਾਡਾ ਵੀ ਛੋਟਾ ਭਰਾ ਇੱਥੇ ਬੜਾ ਵਧੀਆ ਕੰਮ ਕਰਦਾ, ਹੈ ਨਾ ਜੀ। ਕਈ ਫੋਕੇ ਤੁਹਾਨੂੰ ਸ਼ਬਦ ਵੀ ਬੋਲਣੇ ਪੈਂਦੇ ਨੇ ਨਾਲ ਬੈਠ ਕੇ ਵੀ, ਨਹੀਂ ਨਹੀਂ ਬਹੁਤ ਅੱਛੇ ਨੇ ਜੀ ਇਹ, ਹੈ ਨਾ, ਇਹ ਵਾਲੇ ਵੀ ਇੰਟਰਵਿਊਜ਼ ਕਰਨੀਆਂ ਪੈਂਦੀਆਂ ਨੇ, ਤੁਸੀਂ ਕੰਮ ਕਰ ਲੈਂਦੇ ਹੋ, ਪਰ ਵਾਕਈ ਪੱਲੇ ਦਾਣੇ ਹੈਗੇ ਨੇ ਵੀਰ ਦੇ। ਨਹੀਂ ਬਿਲਕੁਲ ਬਿਲਕੁਲ, ਸੋ ਆਲ ਦਾ ਵੈਰੀ ਬੈਸਟ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਹੀ ਅਸੀਂ ਦੁਆ ਕਰਦੇ ਹਾਂ, ਸਾਰੀ ਟੀਮ ਇਹ ਦੁਆ ਕਰਦੀ ਹੈ। ਅਤੇ ਤੁਸੀਂ ਬਹੁਤ ਸੋਹਣੀ ਇੰਟਰਵਿਊ ਕਰਦੇ ਹੋ, ਬਹੁਤ ਸੋਹਣੀ ਪੱਗ ਬੰਨਦੇ ਹੋ, ਬਹੁਤ ਸੋਹਣੇ ਲੱਗਦੇ ਹੋ, ਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਜੀ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ ਸੋ ਮਚ।